ਲਾ ਸੰਦੀਪ ਚੱਕ ਕਿੰਨੇ ਨੇ ਉਹ ਤੂੰ ਗਿਣਦੀ ਥੱਕ ਜਾਏਂਗੇ ਇੰਨੇ ਨੇ ਤੇ ਮੇਰੀ ਗੱਲ ਸੁਣੋ ਹਾਂ ਤੁਸੀਂ ਨਾ ਮੈਨੂੰ ਐਵੇਂ ਨਾ ਮਿਲਣਾ ਆਇਆ ਕਰੋ ਘਰੇ ਤੁਹਾਨੂੰ ਪਤਾ ਮੇਰੀ ਸੱਸ ਨੂੰ ਸ਼ੱਕ ਹੋ ਗਿਆ ਆਪਣੇ ਤੇ ਅੱਛਾ ਉਦੋਂ ਦੇਖ ਲਓ ਫੜੇ ਜਾਣੇ ਸੀ ਤੁਸੀਂ ਹੋਰ ਯਾਰ ਤੈਨੂੰ ਮੈਂ ਕਿੰਨੀ ਵਾਰੀ ਤਾਂ ਕਿਹਾ ਮੈਨੂੰ ਚਾੜਦਿਆ ਕਰ ਨੀਂਦ ਦੀਆਂ ਗੋਲੀਆਂ ਨਾ ਯਾਰ ਲੈ ਕਹਿੰਦੀ ਨਾ ਯਾਰ ਤੂੰ ਇੰਨਾ ਵੀ ਨਹੀਂ ਕਰ ਸਕਦੀ ਯਾਰ ਮੈਨੂੰ ਡਰ ਲੱਗਦਾ ਕਿਤੇ ਹੋਰ ਹੀ ਨਾ ਸਿਆਪਾ ਪੈ ਜੇ ਡਰ ਲੱਗਦਾ ਉਹ ਕਾਂਵਲੀ ਹੋ ਗਈਆਂ ਫਿਰ ਐਂ ਕਰ ਇਹਦਾ ਤਾਂ ਮੈਨੂੰ ਲੱਗਦਾ ਪੱਕਾ ਹੀ ਇਲਾਜ ਕਰਨਾ ਪੈਣਾ ਫਿਰ ਐਂ ਕਰ ਇੱਕ ਦਿਨ ਨੱਪ ਦੇ ਨਾ ਉਹਦੀ ਸੰਗੀ ਸਾਰਾ ਕੱਢਦੇ ਰਾਹ ਚੋਂ ਨਾ ਨਾ ਜੱਸ ਫਿਰ ਤਾਂ ਕੰਮ ਔਖਾ ਹੋ ਜੂਗਾ ਓਏ ਔਖਾ ਕੀ ਹੋਣਾ ਦੇਖ ਮੈਂ ਤੇਰੇ ਵਾਸਤੇ ਕੰਧਾਂ ਕੋਲੇ ਟੱਪ ਟੱਪ ਕੇ ਆਉਣਾ ਪਿਆਰ 'ਚ ਇੰਨਾ ਤਾਂ ਰਿਸਕ ਬਣਦੀ ਹੈ ਚੱਕਦੇ ਫੱਟੇ ਫਿਰ ਨਾ ਨਾ ਯਸ ਜੇ ਪੁਲਿਸ ਨੂੰ ਪਤਾ ਲੱਗ ਗਿਆ ਫਿਰ ਆਪਣਾ ਕੀ ਬਣੂਗਾ ਸਾਰੀ ਉਮਰ ਜੇਲ੍ਹ ਦੀ ਰੋਟੀ ਖਾਣੀ ਪਊਗੀ ਮੈਥੋਂ ਨਹੀਂ ਇਹ ਕੰਮ ਹੋਣਾ ਹੈਗਾ ਬਸ ਲਿਕੜ ਗਈ ਨਾ ਉਹੀ ਕੱਚੀ ਆਸ਼ਕ ਫਿਰ ਕਿੱਡੀ ਗੱਲ ਹੈ ਚੱਕੀ ਨਹੀਂ ਪੀ ਸਕਦੀ ਤੂੰ ਮੇਰੇ ਵਾਸਤੇ ਉਹ ਮੈਂ ਤਾਂ ਇਹ ਕਹਿਣਾ ਤੂੰ ਕੁਝ ਅਜਿਹਾ ਕਰ ਕਿ ਆਪਾਂ ਨੂੰ ਜੇਲ੍ਹ ਜਾਣ ਦੀ ਲੋੜ ਵੀ ਨਾ ਪਵੇ ਅਤੇ ਆ ਬੁੜੀ ਦਾ ਬਾਹਰ 'ਚ ਰੂੜੀ ਚੱਕੀ ਜਾਵੇ ਚੱਲ ਠੀਕ ਹੈ ਜੱਸ ਹੁਣ ਦੇਖੀ ਤੂੰ ਮੈਂ ਕੀ ਕਰਦੀ ਹਾਂ ਨਾਲੇ ਬੁੜੀ ਦੀ ਸੰਗੀ ਦੱਬਣ ਦੀ ਵੀ ਲੋੜ ਨਹੀਂ ਪੈਣੀ ਨਾਲੇ ਉਹਦੀ ਜਾਨ ਨਿਕਲ ਜੂ ਚੱਲ ਆ ਜਾ ਫਿਰ ਚੱਲੀਏ ਲੈ ਚਾਹ ਨਾ ਪਾਣੀ ਲੈ ਦੱਸ ਮੈਂ ਕੀ ਕਰਾਂ ਉਹ ਟੌਰ ਨਾ ਸੁੱਤੀ ਪਈ ਹੈ ਲੈ 10 ਵਜੇ ਪਏ ਨੇ ਉੱਠੀ ਨਹੀਂ ਹਜੇ ਤੱਕ ਲੈ ਮੈਂ ਲੈਂਦੀ ਹਾਂ ਖਬਰ ਸੱਚਾ ਮੈਂ ਤਾਂ ਭੋਗ 'ਤੇ ਵੀ ਜਾਣਾ ਹੈ ਸੂਟ ਵੀ ਸਿਮਿਆਉਣਾ ਗਾ ਮੈਂ ਇਹਨੂੰ ਭੁਲੋ ਕੇ ਸੂਟ ਸਿਮਿਆ ਲੈ ਇੱਕ ਹੈਂ ਫਿਰ ਦੇਖਦੀ ਹਾਂ ਕੋਈ ਨਾ 2-4 ਦਿਨ ਪਰਸੋਂ ਤਾਂ ਮੈਂ ਭੋਗ 'ਤੇ ਜਾਣਾ ਗਾ ਮੈਂ ਭੁਲੋ ਨਹੀਂ ਉਹਨੂੰ ਵੀ ਸੂਟ ਸਿਉਂਦੇ ਭਾਈ ਮੇਰਾ ਲੈ ਜੇ ਮੈਂ ਭਾਂਡੇ ਨੂੰ ਕਹਿ ਤਾ ਨਾ ਇਹ ਤਾਂ ਉਈ ਟਿੰਡਰ ਜੂਗੀ ਪੂਛ ਨੂੰ ਅੱਗ ਲੱਗ ਜਾਂਦੀ ਹੈਗੀ ਮੱਚ ਜਾਂਦੀ ਆ ਮਿੰਟਾਂ 'ਚ ਲੈ ਮੈਂ ਤਾਂ ਆਪੇ ਕਰ ਲੂੰ ਕੰਮ ਸੰਦੀਪ ਸੰਦੀਪ ਉੱਠ ਖੜ ਪੁੱਤ 10 ਵੱਜ ਗਏ ਖੜੀ ਹੋ ਜਾ ਦੁਖਦਾ ਪੁੱਸ ਗੁਸਰਾ ਹੈ ਦੇਖਣ ਦੁਖਦਾ ਤਾਂ ਕੁਛ ਨਹੀਂ ਬੇਬੇ ਹਾਂ ਵੈਸੇ ਪੈ ਗਈ ਸੀ ਧੁੱਪ 'ਚ ਚਾਹ ਚੂ ਨਹੀਂ ਕਰੀ ਪੁੱਤ ਤਾਂ ਉਹ ਬਸ ਮੈਨੇ ਵੈਸੇ ਨਹੀਂ ਕੀਤਾ ਹੈਗਾ ਚੱਲ ਮੈਂ ਕੰਮ ਤਾਂ ਸਾਰੇ ਕਰ ਲਏ ਤੇ ਤੂੰ ਚਾਹ ਦੀ ਘੁੱਟ ਬਣਾ ਲੈਂਦੀ ਹੈ ਚੱਲ ਹੁਣ ਤੂੰ ਰਸੋਈ 'ਚ ਹੈਗੀ ਤਾਂ ਹੈਗੀ ਸੀ ਮੈਂ ਉਹ ਕਿਤੇ ਬਣਾ ਲੇਂਗੀ ਚੱਲ ਐਂ ਕਰ ਪੁੱਤ ਮਸ਼ੀਨ ਡਾ ਲੈ ਤੂੰ ਬਾਕੀ ਤਾਂ ਮੈਂ ਕੰਮ ਜਿਹੜਾ ਰਹਿ ਜੂਗਾ ਮੈਂ ਕਰ ਲੂੰਗੀ ਹੈਂ ਤੂੰ ਮਸ਼ੀਨ ਡਾ ਲਾ ਮੈਂ ਐਤਵਾਰ ਨੂੰ ਭੋਗ ਤੇ ਜਾਣਾ ਪੁੱਤ ਸੂਟ ਸਿਉਂਦੇ ਮੇਰਾ ਤਾਈਓ ਦੇਖਾਂ ਕਿਵੇਂ ਤੜਕੀ ਤੜਕੀ ਆ ਕੇ ਮੇਰੇ ਪੈਰਾਂ ਕੋਲੇ ਬਹਿ ਗਈ ਸੂਟ ਸਿਉਣਾ ਸੀ ਮੈਥੋਂ ਨਹੀਂ ਸਈਆਂ ਜਾਂ ਨੇਤਰੀਆਂ ਬਰੀਆਂ ਬੁਰੀਆਂ ਸਮਾਲ ਆਪਦਾ ਕਿਸੇ ਤੋਂ ਹੋਰ ਤੋਂ ਤੂੰ ਐਂ ਕਾਹਤੋਂ ਕਰਦੀ ਐ ਕੁੜੀਆ ਮੈਂ ਤਾਂ ਤੈਨੂੰ ਕਿੰਨੀ ਮਿੱਠ ਤੇ ਪਿਆਰ ਨਾਲ ਬੋਲਦੀ ਆਂ ਤੇ ਧੀ ਬਣਾ ਕੇ ਕਹਿੰਦੀ ਆਂ ਤੈਨੂੰ ਤੂੰ ਐਂ ਕਾਹਤੋਂ ਬੋਲਦੀ ਐ ਕਿ ਤੂੰ ਤਾਂ ਹੀ ਤਾਂ ਚੜਦੀ ਜਾਂਦੀ ਐ ਦੱਸ ਕੀ ਤਾਂ ਤਾਂ ਚੜਦੀ ਜਾਂਦੀ ਐ ਕਿ ਮੈਂ ਬੇਲੀ ਨਹੀਂ ਹੈਗੀ ਤੇਰੇ ਕੰਮਾਂ ਲਈ ਮੈਂ ਹੁਣ ਤੜਕੇ ਉੱਠ ਕੇ ਤਾਂ ਸਾਰਾ ਕੰਮ ਮੈਂ ਕਰਿਆ ਪੁੱਤ ਐਂ ਕਾਹਤੋਂ ਕਰਦੀ ਐ ਮੈਂ ਵੀ ਪੋਚੇ ਲਾਏ ਨੇਗੇ ਝਾੜੂ ਲਾਇਆ ਗਾ ਕੱਪੜੇ ਧੋਏ ਨੇਗੇ ਕਦੇ ਆ ਗਈ ਤਾਂ ਮੈਂ ਕੰਮ ਤਾਂ ਮੈਂ ਕਰਿਆ ਪੁੱਤ ਤਾਂ ਐਂ ਕਾਹਤੋਂ ਕਰਦੀ ਐ ਕੱਲੀ ਚਾਹ ਬਣਾ ਕੇ ਸੁਣਾਉਣ ਲੱਗ ਗਈ ਆਇਨਾ ਕਰ ਪੁੱਤ ਦੇਖ ਤੂੰ ਸਿਆਣੀ ਬੰਦੇ ਕੰਮ ਤਾਂ ਤੈਨੂੰ ਇਹ ਕਰਨੇ ਪੈਣਗੇ ਦੇਖ ਲੈ ਜੀ ਮੈਂ ਕਿੰਨਾ ਕਿ ਜੇ ਸਾਹਮਣ ਘਰ ਚੁੱਲਾ ਚੌਂਕਾ ਹੈ ਮੈਨੂੰ ਨਹੀਂ ਪਤਾ ਉਹਦੇ ਘਰ ਲਾਪੀ ਕੰਮ ਐ ਤਾਂ ਨਹੀਂ ਫਿਰ ਗੱਲ ਬਣਦੀ ਭਾਈ ਤੂੰ ਦੱਸ ਕੀ ਮੈਂ ਕਾਦੇ ਵਾਸਤੇ ਵਿਆਹ ਕੇ ਲਈਆਂ ਤੈਨੂੰ ਆਹੋ ਕੰਮਾਂ ਲਈ ਵਿਆਹ ਮੈਨੂੰ ਕਿਉਂ ਹੋਰ ਕਰੀ ਤੈਨੂੰ ਮੈਂ ਮੂੰਹ ਦੇਖਣ ਵਾਸਤੇ ਲਈਆਂ ਮੈਂ ਮੈਥੋਂ ਨਹੀਂ ਕੰਮ ਕੋਮ ਹੁੰਦੇ ਠੀਕ ਆ ਉਹਦੇ ਆਪੇ ਕਰ ਲਿਆ ਕਰ ਕੰਮ ਕੋਮ ਇਹੀ ਮਤ ਦੇ ਕੇ ਤੋਰੇ ਤੇਰੀ ਮਾਂ ਨੇ ਕੰਜਰੀ ਨੇ ਮੇਰੀ ਮਾਂ ਨੂੰ ਠੀਕ ਆ ਪੁੱਠਾ ਸਿੱਧਾ ਬੋਲਣ ਦੀ ਲੋੜ ਨਹੀਂ ਹੈਗੀ ਤੇ ਹੋਰ ਕੀ ਕਹਾਂ ਫਿਰ ਮੈਂ ਤਾਂ ਹੋਰ ਨਾ ਤੁਸੀਂ ਮੂੰਹ ਚੋਂ ਕੁਝ ਕਢਵਾ ਲਈ ਕਿਉਂ ਕਢਵਾਉਣ ਬੋਲਦੀ ਦੇ ਲੈ ਕਿਵੇਂ ਐ ਬੋਲਦੀ ਕਿਵੇਂ ਆ ਜਾਂਦੇ ਕੋਈ ਨਾ ਉਹਨਾਂ ਨੂੰ ਮੈਂ ਦੱਸੂਗੀ ਆ ਜਾਂਦੇ ਫਿਰ ਮੇਰੀ ਮਾਂ ਨੂੰ ਉਲਟ ਫੁਲਟ ਬੋਲਦੀ ਹੈਗੀ ਆਹੋ ਮਾਂ ਨੂੰ ਉਲਟ ਫੁਲਟ ਬੋਲਦੀ ਹੈਗੀ ਕੰਮ ਕਰ ਲਿਆ ਘਰ ਫਿਰ ਕਾਹਨੂੰ ਕਹਾਵੇਂ ਤੂੰ ਮੈਂ ਸਾਰੇ ਕੰਮ ਕਰਦੇ ਆ ਠੀਕ ਆ ਤੇਰੇ ਤਾਂ ਨੱਕ ਥੱਲੇ ਕੁਝ ਆਉਂਦਾ ਹੀ ਨਹੀਂ ਹੈਗਾ ਹੋਰ ਐ ਤੜਕੇ ਉੱਠ ਕੇ ਤਾਂ ਮੈਂ ਚਾਹ ਪਾਣੀ ਬਣਾਉਣੀ ਆ 10 ਵਜੇ ਤੱਕ ਤਾਂ ਤੂੰ ਨਹੀਂ ਉੱਠਦੀ ਹੈਗੀ ਅੱਜ ਇੱਕ ਬਣਾਤੀ ਅੱਜ ਹੀ ਸੁਣਾਉਣ ਲੱਗ ਗਈ ਨਾ ਬਣਾਉਂਦੀ ਮੈਂ ਡੋਲ ਵੀ ਦਊਂਗੀ ਉਹ ਚਾਹ ਜੀ ਚੱਕ ਕੇ ਡੋਲ ਦੇਂਗੇ ਕਿਵੇਂ ਡੋਲ ਦੇਂਗੇ ਤੇਰੇ ਪਿਓ ਦੇ ਕੇ ਜਾਂਦਾ ਚੀਨੀ ਸ਼ੱਕਰ ਹਾਂ ਹਾਂ ਮੈਂ ਚੋਈ ਦੇ ਕੇ ਜਾਂਦਾ ਹੈ ਇੰਨਾ ਤੁਹਾਡੇ ਕੋਲ ਕੀ ਹੈਗਾ ਨੰਗਾ ਕੋਲੇ ਕੁਝ ਨਹੀਂ ਹੈਗਾ ਇੱਥੇ ਅੱਛਾ ਜੀ ਤਾਂ ਘਰ ਭਰਤਾ ਦਾਜ ਦਾ ਚੰਗਾ ਹਾਂ ਸਾਰਾ ਕੁਝ ਲਈਆਂ ਬੈੱਡ ਬੁੱਡ ਸਭ ਕੁਝ ਲਈਆਂ ਜੀ ਹੋਰ ਇਹੀ ਹੰਕਾਰ ਤਾਂ ਮਾਰਦਾ ਸੋਨੂੰ ਇਹੀ ਹੰਕਾਰ ਵਸ ਚੀਜ਼ਾਂ ਨੂੰ ਅਸੀਂ ਚੱਟਾਂਗੇ ਤੁਹਾਡੇ ਘਰ ਕੀ ਸੀਗਾ ਪਹਿਲਾਂ ਕੀ ਸੀਗਾ ਚੁੱਲ੍ਹਾ ਤੱਕ ਨਹੀਂ ਸੀਗਾ ਪਹਿਲਾਂ ਦੇਖਣਾ ਸੀ ਪਹਿਲਾਂ ਦੇਖਣ ਦੀ ਲੋੜ ਨਹੀਂ ਮੈਂ ਤਾਂ ਫਸ ਗਈ ਇੱਥੇ ਵਿਆਹ ਕਰਵਾ ਕੇ
जवान चल दिया कैंची वांगू चढ़के चढ़के तेरी भी कैंची वांगू चलदी है पुत्त जम के 25 साल दा करके तैनूं समा है मां है मैं हक है मेरा बोलण दा मैं सारा कुछ बनाए अज तक बोली खबरदार जे नंग बोली हैगी तू तो जादू के राजकुमार दिमाग ना खराब कर तुद्दी लग इथों क्या तुद्दी का तो लगे तेरे बाप वाला घर है मैं बनाया ना मैं रहूं रे ऐ के मेरे हैंगी हां क्यों रखन तू तेरा की जोर चलदा है तेरा तो बनायागा मिस्त्रीया रोटी लांदी मैं थक गई अच्छा चौड़ी होकर तू सांभ ले सारा कुछ कहने मैं तो कुछ बनाया तू करे ही नहीं कुछ आ जांदे कोई ना तेरे मुंडे ने फिर दादियां तेरी कर क्या मुंडे नु के मैं बोल रही हूं मेनू ले आ जांदे मैं बोलूं मैं दसूं नु सारी गल्ला दादी दादी की दसनागा जा जा क्यों मैं क्यों जावां तू भाग जा डंडी लगे तो ਮੈਨੂੰ ਜਾਣਾ ਪੂ ਤੜਕੀ ਤੜਕੀ ਨਾ ਕਿਵੇਂ ਨਖਰੇ ਦਿਖਾਉਂਦੀ ਆ ਦੇਖ 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 ਸਾਹ ਲੈ ਲੈ ਇਹੀ ਕੁਛ ਲੱਗੇ ਇੱਥੇ ਮੈਨੂੰ ਮਾਂ ਨੇ ਇਹੀ ਕੁਛ ਖਿਆ ਕੇ ਭੇਜਿਆ ਸੜੀ ਹੋਈ ਨੇ ਤੇਰੀ ਮਾਂ ਨੇ ਕੀ ਖਾ ਕੇ ਭੇਜੇਗਾ ਮੇਰੀ ਮਾਂ ਨੇ ਨਾ ਬੋਲੀ ਮੈਂ ਤੈਨੂੰ ਸਾਰਾ ਗੱਲ ਬੋਲਣਾ ਮੈਨੂੰ ਅਕਲ ਜਿੱਤੀ ਤੈਨੂੰ ਕੰਜਰੀ ਨੇ ਸੜੀ ਹੋਈ ਨੇ ਕਿੱਥੋਂ ਦੱਦ ਲੱਗੀ ਹੈਗੀ ਬਈਆ ਬੇੜਾ ਵਿਚੋਲੇ ਦਾ ਕੰਜਰ ਦਾ ਜਿਨੇ ਮੈਂ ਇਹ ਅਸਹਿੜੀ ਲੈ ਦੱਸ ਨਾ ਰੋਟੀ ਨਾ ਪਾਣੀ ਤੜਕੀ ਲੈ ਲੜਾਈ ਤਾਂ ਇੰਜ ਕਰ ਲੈਂਦੀ ਆ ਕੰਮ ਹੋਰ ਕੋਈ ਕੰਮ ਨਹੀਂ ਹੈਗਾ ਮੁੰਡਾ ਵੀ ਭੁੱਖਾ ਤੇ ਹੱਥ ਔਰਤਾ ਜਵਾਕ ਹੈ ਬੇਲੜਾ ਉਹ ਤਾਂ ਯਾਰ ਥੱਕ ਗਈ ਕੰਮ ਤੋਂ ਅੱਜ ਰੋਟੀ ਘੱਟੀ ਖਾਧੀ ਆ ਕੀ ਗੱਲ ਉਹ ਕੁਛ ਨਹੀਂ ਯਾਰ ਫਰੇਮ ਆ ਜਾ ਰਿਹਾ ਸੀ ਘੱਟੀ ਖਾਈ ਗਈ ਅੱਜ ਮੈਂ ਤੋਂ ਕੰਮ ਦੀ ਥਕੇ ਰਹਿਣਾ ਤੈਨੂੰ ਪਤੀ ਹੈ ਦਵਾਈ ਦਵਾਈ ਖਾ ਲੰਦੇ ਬਾ ਦਵਾਈ ਤਾਂ ਤੈਨੂੰ ਪਤੀ ਹੈ ਉਹ ਮੈਂ ਨਾ ਤੁਹਾਨੂੰ ਇੱਕ ਗੱਲ ਕਰਨੀ ਸੀਗੀ ਹਾਂ ਬੋਲ ਬੇਬੇ ਨਾਲ ਅੱਜ ਮੈਂ ਨਾ ਇੰਨਾ ਲੜੀ ਹੈਗੀ ਉਹ ਯਾਰ ਥੋੜਾ ਤਾਂ ਆਹੀ ਕੁੱਤੇ ਕਲੇਸ਼ ਚੱਲਦਾ ਰਹਿੰਦਾ ਆ ਉੱਥੇ ਮੈਨੂੰ ਕੰਮ ਵਾਲੇ ਨੂੰ ਟਿਕਣ ਦਿੰਦੇ ਉਰੇ ਸੋਨੇ ਜੁੱਧ ਖੜਕਾ ਕੇ ਰੱਖਿਆ ਹੁੰਦਾ ਮੈਨੂੰ ਨਹੀਂ ਤੁਸੀਂ ਉਹ ਕਰਨ ਦਿੰਦੇ ਕੀ ਨਹੀਂ ਕਰਨ ਦਿੰਦੇ ਹੈਗੇ ਸੁੱਖ ਦੀ ਰੋਟੀ ਤਾਂ ਆਹੀ ਤਾਂ ਲੰਘਦੀ ਨਹੀਂ ਹੈਗੀ ਕੋਈ ਮੈਨੂੰ ਸੋਨੂੰ ਨਹੀਂ ਪਤਾ ਠੀਕ ਹੈ ਮੇਰੀ ਮੰਮੀ ਨੂੰ ਇੰਨਾ ਗਲਤ ਬਲਤ ਬੋਲੀ ਹੈਗੀ ਤੁਸੀਂ ਸੁਣ ਲੂਗੇ ਉਹਦੀ ਮਾਂ ਬਾਰੇ ਤੂੰ ਤਾਂ ਸਿਆਣੀ ਆ ਜੇ ਉਹ ਬੋਲ ਪੈਂਦੀ ਹੈ ਅੱਛਾ ਵੀ ਮੈਂ ਸੁਣੀ ਜਾਵਾਂ ਉਹਦੀਆਂ ਮੈਨੂੰ ਨਹੀਂ ਪਤਾ ਹੈਗਾ ਉਹਨੂੰ ਕੁਝ ਸਮਝਾਓ ਨਹੀਂ ਮੈਂ ਕੀ ਸਮਝਾਵਾਂ ਤੂੰ ਸਿਆਣੀ ਆ ਤੈਨੂੰ 10 ਵਾਰੀ ਤਾਂ ਕਹਿਤਾ ਉਹਨੂੰ ਵੀ ਕਹਿ ਦੂੰਗਾ ਮੈਂ ਛੋਟਾ ਤਾਂ ਹੀ ਕੁੱਤ ਕਲੇਸ਼ ਰਹੂਗਾ ਸਾਰੀ ਉਮਰ ਆ ਐਡੀ ਹੋ ਗਈ ਤੂੰ ਤੈਨੂੰ ਨਹੀਂ ਅਕਲ ਆਈ ਉਹਨੂੰ ਨਾ ਕਦੇ ਵੀ ਕਿਉਂ ਤੁਸੀਂ ਮੇਰੀ ਗਲਤੀ ਕੱਢਦੇ ਹੁੰਦੇ ਹਮੇਸ਼ਾ ਗਲਤੀ ਫਿਰ ਨਿਕਲਦੀ ਕਿਹਦੀ ਹੁੰਦੀ ਆ ਪਿਛਲੀ ਵਾਰੀ ਬੇਵਜ੍ਹਾ ਲੜ ਕੇ ਬਹਿ ਗਈ ਕੀ ਗੱਲ ਕੀ ਹੋ ਗਈ ਦੀ ਆ ਮੈਨੂੰ ਦੱਸਿਆ ਮੇਰੀ ਮਾਂ ਨੇ ਕਹਿੰਦੀ ਸੂਟ ਸਿਮਨ ਨੂੰ ਕਹਿਤੀ ਨਾ ਹੁਣ ਉਹ ਗਵਾਂਢੀਆਂ ਦਾ ਜਾਵੇ ਸੂਟ ਸਿਮਣ ਤੁਹਾਨੂੰ ਪਤਾ ਤਾਂ ਹੈਗਾ ਸਾਰੇ ਕੰਮ ਤਾਂ ਮੈਂ ਕਰਦੀ ਆ ਆਪ ਸਾਰਾ ਦਿਨ ਪਈ ਰਹਿੰਦੀ ਹੈਗੀ ਪਈ ਰਹਿੰਦੀ ਆ ਤਾਂ ਨਾ ਤੂੰ ਸੂਟ ਤਾਂ ਸੀਵੇਂ ਸਕਦੀ ਆ ਤੁਹਾਨੂੰ ਪਤਾ ਤਾਂ ਹੈਗਾ ਮੇਰੀ ਨਿਗਾ ਨਹੀਂ ਕੰਮ ਕਰਦੀ ਹੁਣ ਇੰਨੀ ਐਨਕ ਤਾਂ ਲਵਾ ਕੇ ਲੈਤੀ ਪਿਛਲੀ ਵਾਰੀ ਤੇਰੀ ਮੈਥੋਂ ਨਹੀਂ ਸੋਇਆ ਜਾਂਦਾ ਸੂਟ ਠੀਕ ਆ ਨਾ ਲੋਕਾਂ ਨੇ ਤਾਂ ਅੱਛਾ ਨਾਲੇ ਉਹ ਮੈਨੂੰ ਗਲਤ ਫਲਤ ਬੋਲੇ ਨਾਲੇ ਮੈਂ ਉਹਦਾ ਸੂਟ ਸਿਉਵਾਂ ਨਾ ਜੇ ਤੂੰ ਸੂਟ ਸੀਨ ਦੀ ਕਾਤੋਂ ਗਲਤ ਬੋਲਦੀ ਫਿਰ ਤਾਂ ਮੈਂ ਕਹਿੰਦਾ ਵੀ ਸੋਹਣਾ ਲੱਗਦਾ ਮੇਰੀ ਮਾਂ ਨੂੰ ਉਹ ਤਾਂ ਕਹਿੰਦੀ ਬਾਈ ਸੂਟ ਹੀ ਨਹੀਂ ਸੀਨ ਮੈਨੇ ਤੂੰ ਨਾ ਮੇਰੀ ਕਦੇ ਸਾਈਡ ਲਈ ਉਧਰੋਂ ਤੇਰੀ ਮਾਂ ਬੜਕੂ ਬੜਕੂ ਪੈਂਦੀ ਆ ਉਧਰੋਂ ਤੁਸੀਂ ਪੈਨੇ ਹੋਗੇ ਮੈਂ ਤਾਂ ਵਿਚਾਲੇ ਫਸ ਗਈ ਕੀ ਕਰਾਂ ਦੱਸੋ ਨਾ ਬੜਕੂ ਬੜਕੂ ਕੀ ਦੱਸ ਕੀ ਹੋ ਰਿਹਾ ਤੈਨੂੰ ਆ ਉਰੇ ਤੁਸੀਂ ਜੁੱਧ ਕਰਕੇ ਰੱਖਦੇ ਹੋ ਉੱਥੇ ਕੰਮ ਤੇ ਮੈਨੂੰ ਅੱਖ ਹੋ ਜਾਂਦਾ ਔਖਾ ਤਾਂ ਮੈਂ ਹੋ ਰਿਹਾ ਮੇਰੀ ਜਾਨ ਨੂੰ ਸਿਆਪਾ ਪੈ ਰਿਹਾ ਉਰੇ ਹੁਣ ਤੁਸੀਂ ਦੱਸੋ ਮੈਂ ਕੀ ਕਰਾਂ ਸਾਰਾ ਦਿਨ ਉਹਦੇ ਸੁਣਦੀ ਰਵਾਂ ਨਾ ਸੁਣਦੀ ਰਹਾ ਮੈਨੂੰ ਐ ਤਾਂ ਦੱਸ ਕੀ ਗਲਤੀ ਤੇ ਅਜੋਦੀ ਸੂਟੇ ਗਿਆ ਸੀ ਸੂਟ ਤਾਂ ਸੀਵੇਂ ਸਕਦੀ ਮੈਂ ਸੁਣ ਦੱਸਦੀ ਆ ਕਿ ਅਜੇ ਨਾ ਮੈਂ ਮੜਾਇਆ ਧੁੱਪੇ ਪੈ ਗਈ ਮੇਰਾ ਸਿਰ ਦੁਖਦਾ ਸੀਗਾ ਉਹਦੀ ਲੱਗੀ ਮੈਨੂੰ ਗਲਤ ਫਲਤ ਬੋਲਣ ਨੂੰ ਮੇਰੀ ਮਾਂ ਨੂੰ ਨਹੀਂ ਛੱਡਿਆ ਕਿਸੇ ਨੂੰ ਨਹੀਂ ਛੱਡਿਆ ਹੈਗਾ ਦੱਸਿਆ ਵੀ ਕਿਵੇਂ ਬੋਲਦੀ ਤੂੰ ਕਿੱਡੀ ਜ਼ਬਾਨ ਲੱਗ ਰਹੀ ਹੈ ਤੇਰੀ ਉਹ ਮੈਂ ਤਾਂ ਚੱਪਾਂ ਤੇਰੇ ਕਰਕੇ ਵੀ ਮੈਂ ਚੱਲ ਬਿਮਾਰ ਰਹਿੰਦੀ ਐ ਮੈਂ ਤਾਂ ਤੁਹਾਡੇ ਨਾਲ ਵਿਆਹ ਕਰਵਾ ਕੇ ਫਸ ਗਈ ਨਾ ਕਰਾਂਦੀ ਫਿਰ ਕਿਹਾ ਸੀ ਤੈਨੂੰ ਕਿਸੇ ਨੇ ਵਿਆਹ ਕਰਾ ਲਿਆ ਵਿਆਹ ਕਰਾ ਲਿਆ ਆਹੀ ਮਿਹਣਾ ਬਸ ਤੁਹਾਡੇ ਲਵੇ ਸੁਣ ਤਾਂ ਕੋਈ ਗੱਲ ਦੱਸ ਕੇ ਫਾਇਦਾ ਹੀ ਨਹੀਂ ਹੈਗਾ ਉਹ ਫਾਇਦਾ ਕੀ ਆ 10 ਵਾਰੀ ਤੈਨੂੰ ਕਹਿਤਾ ਵੀ ਇੱਕ ਜੁੜ ਰਿਹਾ ਕਰੋ ਗਵਾਂਢੀ ਹੱਸਦੇ ਨੇ ਲੜਾਈਆਂ ਤੇ ਹੱਸੀ ਜਾਂਦੇ ਤੇ ਮਾਂ ਨੂੰ ਨਹੀਂ ਪਤਾ ਲੱਗਦਾ ਹੈਗਾ ਤੂੰ ਤਾਂ ਗਵਾਂਢੀਆਂ ਦੇ ਜਾ ਕੇ ਵੜ ਜਾਨੀ ਆ 50 ਵਾਰੀ ਕਹਿ ਵੀ ਨਾ ਜਾਇਆ ਕਰ ਉਹਨੂੰ ਨਹੀਂ ਕਦੇ ਸਮਝਾਉਣਾ ਤੈਨੇ ਤੂੰ ਤਾਂ ਸਮਝਦੀ ਨਹੀਂ ਹੈਗੀ ਉਹਨੂੰ ਕੀ ਸਮਝਾਉਂਗਾ ਮੈਂ ਤੂੰ ਤਾਂ ਮੇਰੀ ਉਹੀ ਆ ਘਰ ਵਾਲੀ ਆ ਉਹਨੂੰ ਕਹਿੰਦਾ ਮੈਂ ਸੋਹਣਾ ਲੱਗਦਾ
आखर नू तेरी मां गई तू समझा सकदा बे ना मां ओ अपने तो चंगी कहंदी है तेनू कुछ माड़ा दा नहीं कहा की कहया उने मेनू आ जोड़े हाथ मैं नहीं तेनू कुछ भी कहंदी हैगी तू ना तू ओदे साथ देनागा साथ देना मैं ता सोना आही कुत्तकले से रहू सोडा सारी उम्र ये नहीं साले सोन दंदे इनन तन दस के कोई फायदा ही नहीं है मैं ता फस के इथे ब्याह करवा के पता नहीं केड़ी घड़ी च मेरा ब्याह इथे होया सीगा रात लंघन नहीं आ रही प्लीज प्लूज नहीं पता मेरी गल सुन मैं तो तेन मिलना हो रहा वो कोई औखा औखा नहीं हुंदा तू इना डरया कर पहला मैनू ऐ दस तो तेरे वाला घुग्गू जे सो गया जे सो गया फिर हुण कित्थे उठदा ओ डर डरन की है मैं भी तो आया फिर देख ला नाले सड़ी जी कुत्ती गल पै गई थी मेरे मसा लत्त बचा के आया तू चक लिया दी मैं कहा किने सी तेरे प्यार ने कहा थी आने ली मेरी गल सुना चुप करके तू आ जा गेट ते बस मैं आने वाली हाँ मोड़ दे खड़े वो मरवाना मरवाना कुछ नहीं है तू आ जा आ जा मेनू तो अच्छी भी लग गई की हो गया बस महा मिलके आना था मिलके आना और नींद ना आवे पहला मैं सोचा मैं चल फोन दी गल्ला करदे आ सुन पता तो हैगा फोन ते भी किथे गल होनी सी जी माड़ा जा भी उन्हां सुन संदीप किथे गई जाना जमी लवे दा पे सी मेरे ओ फोन भी खोल लंदे मैथों ਉਹ ਤੂੰ ਮੈਨੂੰ ਦਿਨੇ ਫੋਨ ਕਰਦਾ ਦੀ ਮੈਂ ਕੋਈ ਜੰਗਾੜ ਲਾ ਕੇ ਤੇਰਾ ਕਰਦਾ ਦਾ ਹਿਸਾਬ ਕਿਤਾਬ ਮੈਨੂੰ ਕਿਹੜਾ ਤੁਸੀਂ ਫੋਨ ਕੀਤਾ ਵੀ ਮੈਂ ਆਉਂਗਾ ਅੱਜ ਤੁਸੀਂ ਤਾਂ ਮੈਨੂੰ ਹੁਣ ਦੱਸਿਆ ਵਾ ਹੋਰ ਸੁਣਾਓ ਰੋਟੀ ਰੋਟੀ ਖਾ ਲਈ ਸੀਗੀ ਰੋਟੀ ਤਾਂ ਖਾ ਲਈ ਤੀ ਪਰ ਕੀ ਕਰਾਂ ਮੈਨੂੰ ਰੇਅਰ ਪਤਾ ਨਹੀਂ ਕੀ ਹੋਇਆ ਕੀ ਨਾ ਮੈਨੂੰ ਤਾਂ ਐਂ ਹੋ ਰਿਹਾ ਸੀ ਵੀ ਦੇਖ ਕੇ ਆਵਾਂ ਮੈਂ ਕਦੋਂ ਜਾਵਾਂ ਅਤੇ ਬਸ ਮਿਲ ਕੇ ਆਵਾਂ ਅੱਛਾ ਹੋਰ ਇੰਨਾ ਪਿਆਰ ਲੈ ਕਹਿੰਦੀ ਇੰਨਾ ਪਿਆਰ ਆ ਨਾ ਜੀ ਪਿਆਰ ਨਾ ਹੋਵੇ ਬਿਨਾਂ ਪਿਆਰ ਤੋਂ ਹੀ ਉਰੇ ਤੁਰਿਆ ਫਿਰਦਾ ਰਾਤਾਂ ਨੂੰ ਧੱਕੇ ਖਾਂਦਾ ਫਿਰਦਾ ਦੱਸ ਸਹੀ ਗੱਲ ਆ ਇੱਕ ਤੁਸੀਂ ਹੋ ਜਿਹੜਾ ਮੇਰਾ ਇੰਨਾ ਕਰਦੇ ਨੇ ਇੱਕ ਇਹ ਨੇਗੇ 24 ਘੰਟੇ ਮੇਰੇ ਬਾਅਦ ਪਏ ਰਹਿੰਦੇ ਨੇਗੇ ਕਿਉਂ ਕੁਛ ਕਿਹਾ ਤੈਨੂੰ ਪੁੱਛੋ ਨਾ ਕੀ ਕਿਹਾਗਾ ਕੀ ਗੱਲ ਹੋ ਗਈ ਉਹ ਤੜਕੇ ਮੈਂ ਮੜਾ ਜਿਹਾ ਇੱਥੇ ਪੈ ਗਈ ਬੁੜੀ ਜੀ ਟੱਪਣ ਲੱਗ ਗਈ ਜੇ ਜਦੋਂ ਉਹ ਆ ਗਏ ਮੈਂ ਉਹਨਾਂ ਨੂੰ ਦੱਸਿਆ ਉਹ ਉਹਦੀ ਮਾਂ ਦੀ ਸਾਰ ਲਈ ਜਾਂਦਾ ਮੈਨੂੰ ਤਾਂ ਪੁੱਛਦਾ ਵੀ ਨਹੀਂ ਵੀ ਕੀ ਹੋਇਆ ਕੀ ਨਹੀਂ ਹੋਇਆ ਮੈਂ ਤਾਂ ਦੁਖੀ ਆਈ ਪਈ ਹਾਂ ਇਹਨਾਂ ਤੋਂ ਹੁਣ ਇੱਕ ਗੱਲ ਤਾਂ ਹੈ ਵਧੀਆ ਉਹ ਤੇਰੇ ਨਾਲ ਲੜਦੇ ਰਹਿੰਦੇ ਨੇ ਜੇ ਉਹ ਤੇਰੇ ਨਾਲ ਪਿਆਰ ਨਾਲ ਰਹਿਣ ਲੱਗ ਗਏ ਨਾ ਫਿਰ ਤੂੰ ਮੈਨੂੰ ਕਿੱਥੇ ਪੁੱਛੇਗੀ ਅੱਛਾ ਹੋਰ ਕੁਛ ਅੱਛਾ ਮੈਂ ਪਹਿਲਾਂ ਕਦੇ ਪੁੱਛਿਆ ਨਹੀਂ ਸੁਣੂ ਠੀਕ ਹੈ ਮੈਂ ਤਾਂ ਪੁੱਛਿਆ ਉਹ ਆਏ ਨਹੀਂ ਹੁਣ ਮੇਰੀ ਗੱਲ ਸੁਣਾ ਜੇ ਉਹ ਤੇਰੀ ਕੇਅਰ ਕਰਨ ਲੱਗ ਗਿਆ ਤੇਰੀ ਦੇਖਭਾਲ ਕਰਨ ਲੱਗ ਗਿਆ ਫਿਰ ਤੈਨੂੰ ਮੇਰੀ ਥੋੜਾ ਯਾਦ ਆਊਗੀ ਉਹ ਨਹੀਂ ਤੁਸੀਂ ਤਾਂ ਉਹੀ ਬੋਲੀ ਜਾਂਦੇ ਹੋਗੇ ਉਹੀ ਤਾਂ ਕਿਉਂ ਬੋਲਦਾ ਕਿਤੇ ਗਲਤੀ ਬੋਲਦਾ ਨਹੀਂ ਨਹੀਂ ਤੁਹਾਡੇ ਜਿੰਨਾ ਪਿਆਰ ਮੈਨੂੰ ਕੋਈ ਨਹੀਂ ਕਰ ਰਿਹਾ ਹੈਗਾ ਤਾਂ ਹੀ ਤਾਂ ਤੈਨੂੰ ਮੇਰਾ ਪਿਆਰ ਦਿਖਦਾ ਜੇ ਉਹ ਪਿਆਰ ਦਿਖਾਉਣ ਲੱਗ ਗਏ ਫਿਰ ਮੇਰੇ ਵਾਲਾ ਤਾਂ ਛਿਪ ਜੂਗਾ ਨਾ ਪਿੱਛੇ ਕਿਉਂਕਿ ਉਹ ਤੇਰੇ ਨੇੜੇ ਰਹਿੰਦੇ ਨੇ ਨਾ ਕਿ ਮੈਂ ਅੱਛਾ ਤੁਸੀਂ ਕਦੇ ਮੇਰੇ ਨੇੜੇ ਆਏ ਨਹੀਂ ਹੈਗੇ ਇਸ ਦਾ ਮਤਲਬ ਓਏ ਉਵੇਂ ਤਾਂ ਆਇਆ ਯਾਰ ਤੂੰ ਜ਼ਿਆਦਾ ਟਾਈਮ ਤਾਂ ਤੂੰ ਇਸੇ ਘਰ 'ਚ ਰਹਿੰਦੀ ਹੈ ਮੇਰੇ ਕੋਲ ਤਾਂ ਨਹੀਂ ਰਹਿੰਦੀ ਯਾਰ ਕੀ ਕਰਾਂ ਮੈਂ ਤਾਂ ਨਾ ਸੱਚੀ ਕਹਿੰਦੀ ਹਾਂ ਕਿ ਮੇਰਾ ਜੀ ਕਰਦਾ ਜਾਂਦਾ ਇਹਨਾਂ ਨੂੰ ਮਾਰਦਾ ਜੇ ਮੈਂ ਆਪ ਮਰ ਜਾਂ ਓਏ
ਮਰਨਾ ਮਰਾਉਣ ਦੀਆਂ ਗੱਲਾਂ ਨਾ ਕਰਿਆ ਕਰ। ਹੋਰ ਕੀ ਕਰਾਂ ਮੈਂ, ਤੁਸੀਂ ਦੱਸੋ। ਤੈਨੂੰ ਦੱਸ ਕੇ ਤਾਂ ਗਿਆ ਸੀ ਕੱਲ ਮੈਂ ਵੀ ਬੁੜੀ ਨੂੰ ਚੱਕ ਦੇ। ਕੀ ਕਰਾਂ ਤੁਸੀਂ ਦੱਸੋ ਵੀ, ਕਿਵੇਂ ਕਰਾਂ ਕਿਵੇਂ ਨਹੀਂ। ਨਾ ਉਦੋਂ ਤਾਂ ਬੜੀਆਂ ਬੜੀਆਂ ਮਾਰਦੀ ਸੀ, ਕਹਿੰਦੀ ਮੈਂ ਸੰਗੀ ਨੱਪ ਦੂੰਗੀ, ਨਾਲੇ ਜਾਨ ਵੀ ਨਿਕਲ ਜੂਗੀ। ਓਏ ਅੱਧੀ ਰਾਤ ਨੂੰ ਇਹਨੂੰ ਕੀ ਪਸੂੜੀ ਪੈ ਗਈ, ਕਿੱਧਰ ਭੱਗ ਗਈ ਇਹ, ਕਿੱਥੇ ਭੱਗ ਗਈ ਇਹ। ਨਾਲੇ ਲੋਕ ਕੁਛ ਕਰਨ ਦੀ ਲੋੜ ਵੀ ਨਹੀਂ ਪੈਣੀ ਹੈ। ਇਹ ਗੱਲਾਂ ਤਾਂ ਸੁਣਨੇ ਮੈਨੂੰ ਲੱਗਦਾ ਆ ਗਿਆ। ਚੱਲ ਠੀਕ ਹੈ, ਚੱਲ ਛੋੜੀ ਜਾ। ਕਿੱਥੇ ਤੂੰ ਰੇ ਕੀ ਕਰਦੀ ਆ, ਮੈਂ ਤੈਨੂੰ ਅੰਦਰ ਦੇਖੀ ਜਾਣਾ। ਉਹਦਾ ਨਾ ਮੇਰਾ ਪੇਟ ਖਰਾਬ ਹੋ ਰਿਹਾ ਸੀਗਾ। ਅੱਛਾ, ਫਿਰ ਦਵਾਈ ਦਵਾ ਲਿਆ ਨਾ। ਨਹੀਂ ਨਹੀਂ ਖਾਲਾ ਮਾਨੂੰ। ਨਹੀਂ ਨਹੀਂ ਤੁਸੀਂ ਚਲੋ ਆ ਜਾ, ਪੈਣੇ ਆ ਗਏ ਅੰਦਰ। ਤੂੰ ਮੈਨੂੰ ਸਵੇਰੇ ਦੱਸ ਦਿੰਦੀ। ਅੱਛਾ, ਰਾਤ ਤਾਂ ਮੇਰੀ ਕੋਈ ਗੱਲ ਨਹੀਂ ਸੁਣੀ ਹੈਗੀ, ਉਹ ਤਾਂ ਆਪਦੀ ਮਾਂ ਦਾ ਸਾਥ ਦਿੰਦੇ ਸੀਗੇ, ਹੁਣ ਬੜੀ ਫਿਕਰ ਹੋ ਰਹੀ ਹੈ ਸੁਣ ਕੇ। ਤਾਂ ਰਾਤ ਨੂੰ ਵੀ ਲੜਨੋਂ ਹਟਦੀ, ਅੱਧੀ ਰਾਤ ਨੂੰ ਵੀ ਤੇਰੇ ਆ ਹੋਈ ਜਾਂਦਾ। ਚਲ ਠੀਕ, ਆ ਜਾ ਭਾਈ। ਆ ਜਾ, ਮਾਂ ਪਤਾ ਨਹੀਂ ਕਿੱਧਰ ਭੱਗ ਗਈ। ਚਲੋ ਕੋਈ ਨਾ, ਸਵੇਰੇ ਦਵਾਈ ਦਵਾ ਲਿਆ ਹੁਣ ਮੈਂ। ਸੰਦੀਪ ਉੱਠ ਜਾ, 10 ਵੱਜ ਗਏ ਯਾਰ, ਮੈਂ ਕੰਮ ਤੇ ਵੀ ਜਾਣਾ। ਓਏ ਉੱਠ ਜਾ ਹੁਣ, ਉਹਦੇ ਚ ਹੁਣ ਤੂੰ ਠੀਕ ਆ, ਰਾਤ ਤੂੰ ਢਿੱਡ ਜਾ ਖਾਸਾ ਕਰ ਰਹੀ ਸੀ ਯਾਰ। ਹੋ ਰਿਹਾ ਮਹੀਨਾ ਮਹੀਨਾ ਇਹ ਦਰਦ ਹਲੇ ਵੀ। ਅੱਛਾ, ਉਹ ਮੈਂ ਮਾਂ ਨੂੰ ਕਹਿ ਦੇਣਾ, ਉਹ ਤੈਨੂੰ ਦਵਾਈ ਦਵਾ ਲਿਆਊਗੀ, ਮੈਨੂੰ ਤਾਂ ਅਜੇ ਕੰਮ ਆ ਯਾਰ, ਨਹੀਂ ਮੈਂ ਕਰ ਲਿਆ। ਚਲੋ ਠੀਕ, ਚੱਲ ਚਾਹ ਬਣਾ ਦੇ ਫਿਰ ਮੜਾ ਜਾ ਯਾਰ। ਮੰਮੀ ਨੂੰ ਕਹਿ ਦੋ ਨਾ, ਮੈਂ ਤਾਂ ਉੱਠਿਆ ਨਹੀਂ ਜਾਂਦਾ ਹੈਗਾ, ਉਹ ਬਣਾ ਦੂਗੀ ਤੁਹਾਡੇ ਲਈ ਚਾਹ, ਮੈਨੂੰ ਪੈ ਜਾਣ ਦੋ। ਮਾਂ ਵੀ ਸਾਰਾ ਦਿਨ ਕੰਮ ਕਰਦੀ ਰਹਿੰਦੀ ਹੈ, ਬਣਾ ਦੇ ਐ ਕੀ ਹੁੰਦਾ ਯਾਰ। ਯਾਰ ਤੁਸੀਂ ਤੜਕੇ ਤੜਕੇ ਨਾ ਮੇਰਾ ਦਿਮਾਗ ਨਾ ਖਰਾਬ ਕਰੋ, ਠੀਕ ਆ। ਚਾਹ ਪੀਣੀ ਆ ਤਾਂ ਆਪਦਾ ਖੁਦ ਬਣਾ ਲਓ, ਨਹੀਂ ਆਪਦੀ ਮਾਂ ਨੂੰ ਕਹਿ ਦਿਓ। ਮੇਰਾ ਪਹਿਲੀ ਦਰਦ ਹੋਈ ਜਾਂਦਾ ਰਾਤ ਦਾ, ਢਿੱਡੇ ਦੁਖਦਾ। ਦੱਸ ਇਹਨੂੰ ਕੀ ਆ, ਮੌਤ ਤਾਂ ਨਹੀਂ ਪੈਂਦੀ, ਕੋਈ ਨਾ ਮਨਾ ਤੈਨੂੰ ਇਹ ਬਣਾਉਣੀ ਪਊਗੀ। ਤੂੰ ਕਸੂਤਾ ਫਸ ਰਹੇ ਯਾਰ ਇਹਨਾਂ 'ਚ, ਕਰ ਲਓ ਇਹਨਾਂ ਦੇ ਗੋਲੇ ਧੰਦੇ। ਓਏ ਉੱਠ ਜਾ, ਮੈਂ ਤਾਂ ਬਹਾਨਾ ਲਾਉਂਦੀ ਸੀ ਬਿਮਾਰ ਹੋਣ ਦਾ, ਦੇਖਦੀ ਸੀ ਕਿੰਨਾ ਕੁ ਪਿਆਰ ਕਰਦਾ, ਦੇਖ ਲਿਆ ਇਹਦਾ ਪਿਆਰ। ਚੱਲ ਮੈਂ ਆਪਦੀ ਜਾਨ ਨੂੰ ਵੀ ਪੁੱਛਾਂ ਫੋਨ ਲਾ ਕੇ। ਹੈਲੋ, ਹਾਂਜੀ ਗੁੱਡ ਮਾਰਨਿੰਗ। ਵੈਰੀ ਗੁੱਡ ਮਾਰਨਿੰਗ, ਕਿਵੇਂ ਹੋ? ਮੈਂ ਤਾਂ ਠੀਕ ਹਾਂ, ਤੂੰ ਦੱਸ, ਰਾਤ ਕੁਛ ਬੋਲਿਆ ਤਾਂ ਨਹੀਂ ਉਹ? ਨਹੀਂ ਨਹੀਂ, ਵਾਰ ਵਾਰ ਵੱਜ ਗਈ ਸੀ, ਬਾਹਰੇ ਆ ਰਿਹਾ ਸੀਗਾ। ਹੋਰ ਸੁਣਾਓ ਕੀ ਕਰ ਰਹੇ ਹੋ? ਕਰਨਾ ਕੀ ਆ, ਤੈਨੂੰ ਯਾਦ ਕਰਦਾ, ਹੋਰ ਮੇਰੇ ਕੋਲ ਕੀ ਆ ਯਾਰ ਕਰਨ ਨੂੰ? ਮੈਨੂੰ ਤੁਸੀਂ ਕਿੱਥੇ ਯਾਦ ਕਰਦੇ ਹੋ? ਲੈ ਜੀ ਯਾਦ ਕਰਦਾ ਸੀ, ਤਾਂ ਹੀ ਤਾਂ ਰਾਤ ਨੂੰ ਮਿਲ ਕੇ ਗਿਆ। ਹੋਰ ਦੱਸ, ਐ ਕਰ। ਚੰਗਾ ਫਿਰ ਮਿਲਦੇ ਹਾਂ ਤੈਨੂੰ ਹੁਣ, ਮੈਨੂੰ ਚੱਲ ਸੋ ਜਾਣ ਦੇ, ਰਾਤ ਦਾ ਸਰ ਜਗ ਵੀ ਜਾਂਦਾ ਮੇਰਾ। ਅੱਛਾ ਹੁਣ ਤਾਂ ਨੇ ਸੋਣਾਗਾ, ਰਾਤ ਮੇਰੀ ਨੀਂਦ ਖਰਾਬ ਕਰਕੇ ਹੈ। ਉਹ ਤੂੰ ਵੀ ਸੋ ਜੀ, ਤੈਂ ਕਿਹੜਾ ਮੱਝਾਂ ਨੂੰ ਕੱਖ ਪਾਉਣੇ ਆ। ਹੁਣ ਆ ਕੇ ਆਰਡਰ ਮਾਰ ਦੂਗੀ, ਆਹ ਕਰ ਲਾ ਆਹ ਕਰ ਲਾ, ਸੁਣ ਪਤਾ ਤਾਂ ਹੈਗਾ। ਚੱਲ ਠੀਕ ਹੈ, ਚੰਗਾ ਓਕੇ। ਚੰਗਾ ਚੱਲ ਪੈ ਜਾਂਦੀ ਹਾਂ, ਫਿਰ ਇੱਥੇ ਆ ਕੇ ਕਹੂਗੀ ਆਹ ਕਰ ਲਾ, ਬਹਾਨਾ ਮਿਲਿਆ ਹੋਇਆ। ਆ ਤਾਂ ਆਪੇ ਚਾਹ ਬਣਾਉਣੀ ਪਊਗੀ। ਓ ਬੇਬੇ। ਹਾਂ ਪੁੱਤਾ। ਤੂੰ ਕਿਵੇਂ ਜੇ ਪਈਆਂ? ਬਸ ਸਰੀਰ ਜਿਹਾ ਡਾਊਨ ਹੋ ਰਿਹਾ ਸੀ ਮੇਰਾ ਵੀ। ਤੂੰ ਵੀ ਡਾਊਨ ਹੋ ਰਹੀ ਆ? ਹਾਂ ਦੱਸ ਕੀ ਕਹਿਣਾ ਹੈ। ਮੈਂ ਤਾਂ ਕੁਛ ਨਹੀਂ, ਜੇ ਚਾਹ ਜੀ ਕਰ ਦਿੰਦੀ ਬੜੀ। ਕਿਉਂ ਨਹੀਂ ਉੱਠੀ ਹੈਗੀ? ਓਏ ਉਹ ਤਾਂ ਆਪ ਬਿਮਾਰ ਹੋ ਰਹੀ ਹੈ, ਕਹਿ ਰਹੀ ਹੈ ਉਹ ਮੈਨੂੰ, ਉਹ ਕਾਹਨੂੰ ਉੱਠਦੀ ਹੈ ਬਈ? ਕੰਮ ਦੇ ਬਸ ਟਲਦੀ, ਉਹ ਤਾਂ ਹੀ ਕਹਿ ਦਿੰਦੀ ਕਦੇ ਕੁਛ ਦੁਖਦਾ ਕਦੇ ਕੁਛ ਦੁਖਦਾ, ਮੇਰੇ ਲਹੂ ਚੁੱਸੀ ਜਾਇਆ ਕਰੋ ਤੁਸੀਂ ਤਾਂ। ਮੈਂ ਕਿੱਧਰ ਜਾਵਾਂ ਬੇਬੇ, ਨਾ ਤਾਂ ਮੈਂ ਤੈਨੂੰ ਕਹਿੰਦਾ ਸੋਹਣਾ ਲੱਗਦਾ, ਉਹ ਤਾਂ ਮੇਰੀ ਸੁਣਦੀ ਹੀ ਨਹੀਂ ਹੈਗੀ।
ठंड करके मेरे हड गोडे दुखते रहते ने मैं दस किन्ना करी जावा काम है माड़ा समझाया कर उन्हें प्यार मोहब्बत नाल समझा दिया कर होर बेबे की करा सुनदी नहीं हैगी सुन के मेरे कहे तो टिंडड़ जांदी है ਉਹ ਮੇਰਾ ਤਾਂ ਦਿਲ ਕਰਦਾ ਵੀ ਆ ਨੌਕਰਾਨੀ ਰੱਖ ਲਾਂ ਕੀ ਕਰਾਂ ਹੁਣ ਤਾਂ ਹੋਰ ਆਹੀ ਕਸਰ ਰਹਿ ਗਈ ਆਹੀ ਕਸਰ ਰਹਿ ਗਈ ਮੈਂ ਦੇਖ ਲਾ ਮੈਂ ਵੀ ਹੁਣ ਕਿੰਨੇ ਕਿੰਨੇ ਬੰਦੇ ਦੀ ਰੋਟੀ ਬਣਾਉਂਦੀ ਹੁੰਦੀ ਸੀ ਹੁਣ ਉਹ ਟਾਈਮ ਯਾਦ ਕਰ ਹੁਣ ਵੀ ਕੰਮ ਕਰਦੀ ਆ ਗੋਡੇ ਕੜੀ ਇਸ ਦੀ 4 ਵਜੇ ਉੱਠਦੀ ਆ ਕੀ ਹੈ ਚੱਲ ਬੇਬੇ ਹੁਣ ਫਿਰ ਮੈਂ ਕੀ ਕਰ ਸਕਦਾ ਹੁਣ ਇਹਦੇ ਵਿੱਚ ਹੁਣ ਤਾਂ ਮੈਂ ਇਹਨੂੰ ਕਹਿਤਾ ਆ ਜਿਹੜਾ ਤੁਸੀਂ ਕੱਲ ਲੜੇ ਤੇ ਆ ਰਾਤ ਫਿਰ ਨਾਲ ਮੇਰੇ ਨਾਲ ਲੜ ਪਈ ਉਹ ਉਹ ਚਮੜਾਈਆਂ ਨਾ ਤੂੰ ਤਾਂ ਭਾਈ ਮੈਂ ਕੀ ਜਮਲਾਉਣਾ ਮਾਇਆ ਤੂੰ ਮੈਂ ਕਾਹਨੂੰ ਜਮਲਾਉਣਾ ਉਹਨੂੰ ਤਾਂ ਹੀ ਤੈਨੂੰ ਕਹਿਨੀ ਆ ਵੀ ਪਹਿਲੇ ਦਿਨ ਜਨਾਨੀ ਨੇ ਜੁੱਤੀ ਥੱਲੇ ਰੱਖੋ ਤਾਂ ਇਹ ਥੱਲੇ ਲੱਗੀਆਂ ਰਹਿੰਦੀਆਂ ਨੇ ਜੇ ਆਪਾਂ ਪਹਿਲੇ ਤੁਰਪਾਈਆਂ ਲੈ ਕੇ ਬਾਜ਼ਾਰਾਂ 'ਚ ਨਾ ਤਾਂ ਫਿਰ ਇਹ ਸਿਰ ਚੜ ਜਾਂਦੀਆਂ ਨੇ ਸੁਣ ਗਿਆ ਤੈਨੂੰ ਚੱਲ ਹੁਣ ਮਾਂ ਹੁਣ ਤਾਂ ਚੜੇ ਗਈ ਸਿਰ ਉਹ ਹੁਣ ਮੈਂ ਕੀ ਕਰਾਂ ਉਹਦਾ ਚੱਲ ਚਾਹ ਬਣਾ ਦੇ ਕਰਨਾ ਤਾਂ ਮੈਨੂੰ ਇਹ ਪਊਗਾ ਸਿਆਪਾ ਹੋਰ ਕੀ ਹੈ ਮੈਨੂੰ ਤਾਂ ਲੱਗਦਾ ਮਾਂ ਕਿਹੜੀ ਚਾਹ ਪਲਾਏਂਗੀ ਤੂੰ ਮੈਂ ਤਾਂ ਉੱਥੇ ਪੀ ਲੈਣਾ ਫਿਰ ਮੈਂ ਤਾਂ ਬਣਾਉਂਗੀ ਇਹ ਚਾਹ ਹੁਣ ਮੈਂ ਕੀ ਕਰਾਂ ਹੋਰ ਅੰਦਰ ਉਹ ਬੋਲੀ ਜਾਂਦੀ ਆ ਬਾਹਰ ਤੂੰ ਬੋਲੀ ਜਾਂਦੀ ਆ ਮੈਂ ਦੱਸ ਕਿਹੜੇ ਖੂਚੇ ਉਹ ਜੱਜਦੀ ਨਹੀਂ ਬੋਲਦੀ ਪੁੱਤ ਮੈਂ ਤਾਂ ਬੋਲਦੀ ਜਾਂਦੀ ਮੈਂ ਤਾਂ ਘਰ ਚਲਾਉਣਾਗਾ ਉਹ ਤਾਂ ਬੇਲੇ ਵਿੱਚ ਸਾਰਾ ਦਿਨ ਫੋਨ ਦੇਖੀ ਜਾਂਦਾ ਸਮਝਾ ਦਿਆ ਕਰ ਮਣਾ ਮੋਟਾ ਤੂੰ ਨਾ ਥੱਲੇ ਲੱਗਿਆ ਕਰ ਨਾ ਥੱਲੇ ਲੱਗਿਆ ਕਰ ਬਸਤਾਏਗਾ ਡਬੇਲੇ ਨੂੰ ਅੱਜ ਹੈਗੀ ਕੱਲ ਨੂੰ ਮੈਂ ਅੱਖ ਮੀਚ ਕੇ ਫੇਰ ਕੌਣ ਦੂ ਤੈਨੂੰ ਪਰੌਂਠੇ ਚੱਲ ਇਹ ਜੀ ਗੱਲ ਕਾਹਨੂੰ ਕਰਦੀ ਆ ਮਾਂ ਤੂੰ ਕਾ ਮੂਡ ਖਰਾਬ ਕਰ ਰਹੀ ਆ ਚੱਲ ਬਣਾ ਦੇ ਜੇ ਚਾਹ ਬਣਾਏਗੀ ਨਹੀਂ ਮੈਂ ਬਾਹਰ ਚੱਲ ਮੈਂ ਬਣਾਉਣੀ ਆ ਚਾਹ ਉਹ ਸੱਚ ਰਾਤ ਕੁੱਤੇ ਜੇ ਭੌਂਕੀ ਜਾਂਦੇ ਤੇ ਇੱਥੇ ਖੁਸਰ ਖੁਸਰ ਜੇ ਹੋ ਰਹੇ ਤੇ ਕੀ ਗੱਲ ਹੋਵੇ ਕੋਈ ਬੰਦਾ ਆ ਗਿਆ ਤੀ ਕਾਹਨੂੰ ਬੰਦਾ ਕਾਹਨੂੰ ਆਇਆ ਦੀ ਮਾਂ ਉਹ ਮੈਂ ਤੈਨੂੰ ਕਹਿ ਤਾਂ ਰਿਹਾ ਬਿਮਾਰ ਹੋ ਰਹੀ ਆ ਰਾਤ ਨੂੰ ਢਿੱਡ ਦੁਖਣ ਲੱਗ ਗਿਆ ਉਹਦਾ ਹਾਂ ਹੋਰ ਮੈਂ ਤਾਂ ਕਹਿ ਦੀ ਮਾਂ ਨੂੰ ਠਾਲ ਦੇਣਾ ਕਹਿੰਦੀ ਨਾ ਠਾਲ ਚੱਲ ਐਂ ਕਰੀ ਸੱਚ ਤੈਨੇ ਯਾਦ ਕਰਾਤਾ ਉਹਨੂੰ ਦਵਾਈ ਦਵਾ ਲਈ ਮੇਰੇ ਨਾਲ ਨਹੀਂ ਬੋਲਦੀ ਹੋ ਮੇਰੇ ਨਾਲ ਟਿੰਡਰੀ ਹੋਈ ਆ ਬਹੁਤ ਜ਼ਿਆਦੇ ਹੁਣ ਮਾਂ ਮੈਂ ਕਿੱਥੋਂ ਦਵਾਈ ਦਵਾ ਲੈਵਾਂ ਨੂੰ ਮੈਨੂੰ ਤਾਂ ਆਪ ਕੰਮ ਤੈਨੂੰ ਵੇਲ ਮਿਲਦੀ ਬਈ ਦਵਾ ਨਾ ਦਵਾ ਮੈਨੂੰ ਠੇਕਾ ਲਿਆ ਹੈਗਾ ਮੈਂ ਨਾ ਇੱਕ ਚੁੱਲਾ ਸਾਮਾਂ ਨਾਲ ਮੈਂ ਕੰਮ ਦਵਾਈਆਂ ਦਵਾਉਂਦੀ ਫਿਰਾਂ ਉਹ ਮਾਂ ਦਵਾ ਦੀ ਦਵਾਈਆਂ ਕੀ ਹੁੰਦਾ ਮੈਨੂੰ ਨਹੀਂ ਪਤਾ ਹੈਗਾ ਉਹ ਯਾਰ ਮੈਂ ਅੱਡਾ ਕੋਈ ਸੁੱਤਾ ਫਸ ਗਿਆ ਹੁਣ ਮੈਂ ਕੀ ਕਰਾਂ ਲੈ ਚਾਹ ਪੀ ਲੈ ਚਾਹ ਤਾਂ ਮੈਂ ਬਣਾ ਰੱਖੀ ਸੀ ਅੱਛਾ ਚੱਲ ਨਾਲੇ ਤੂੰ ਬਾਲਾ ਕਹਿਣਾ ਮੈਂ ਦਵਾ ਲਿਆ ਹੁਣੇ ਦਵਾਈ ਭਾਈ ਹੋਰ ਕੀ ਕਰਾਂ ਮੈਂ ਹੋਰ ਮਾਂ ਦਵਾ ਲਿਆ ਤੂੰ ਕਾਹਨੂੰ ਲੜਦੇ ਹੁੰਨੇ ਯਾਰ ਤੁਸੀਂ ਚੱਲ ਮੈਨੂੰ ਇਹ ਕਿਹਾ ਕਰ ਵੀ ਲੜਦੇ ਹੋ ਮੈਨੂੰ ਇਹ ਕਿਹਾ ਕਰ ਮਹੀ ਮਾੜੀ ਆ ਪੁੱਤ ਚੱਲ ਮੈਂ ਮਾੜੀ ਤਾਂ ਮਾੜੀ ਹੋ ਸਹੀ ਜਦ ਮੈਂ ਦਵਾ ਲਈ ਹੁਣ ਦਵਾਈ ਚੱਲ ਚੱਲ ਦਵਾ ਲਈ ਮਾਂ ਚੰਗਾ ਠੀਕ ਹੈ ਆ ਅੰਦਰ ਪਏ ਨੇ ਪੈਸੇ ਉਤੋਂ ਲੈ ਲਈ ਠੀਕ ਹੈ ਤੈਨੂੰ ਦਵਾਈ ਦਵਾ ਲਿਆ ਮੈਂ ਪੁੱਤ ਮੈਨੂੰ ਲੋੜ ਹੈਗੀ ਤੇਰੀ ਦਵਾਈ ਦੀ ਜੇ ਮੁੰਡਾ ਕਹਿ ਕੇ ਕਹਿ ਕਹਿਣਾ ਮੰਮੀ ਦਵਾਈ ਦਵਾ ਲਈ ਮੈਨੂੰ ਟਾਈਮ ਨਹੀਂ ਹੈਗਾ ਦੱਸ ਮੈਂ ਕੀ ਕਰਾਂ ਮੈਂ ਆਪ ਹੀ ਲੈ ਆਉਂਗੀ ਦਵਾਈ ਆਪਦੀ ਅੱਜ ਬੜੀ ਫਿਕਰ ਹੋ ਰਹੀ ਹੈਗੀ ਮਰਤੀ ਨਹੀਂ ਹੈਗੀ ਫਿਰ ਕੀ ਹੋ ਗਿਆ ਜੇ ਮੈਂ ਕਹੂੰਗੀ ਵੱਡੀ ਆ ਜੇ ਦੋ ਗੱਲਾਂ ਕਹਿਤੇ ਫਿਰ ਕੀ ਹੋ ਗਿਆ ਨਾ ਅੱਛਾ ਉਦੋਂ ਨਹੀਂ ਪਤਾ ਲੱਗਿਆ ਜਦੋਂ ਇੰਨਾ ਬੋਲਦੀ ਸੀਗੀ ਮੇਰੀ ਮਾਂ ਨੂੰ ਬੋਲਿਆ ਮੇਰੇ ਪਿਓ ਨੂੰ ਬੋਲਿਆ ਉਹ ਗੱਲਾਂ ਤੇਰੀ ਬੜੀ ਰੜਕ ਪੈਂਦੀ ਆ ਪੁੱਤ ਦੱਸ ਆਏ ਨਹੀਂ ਗੱਲਾਂ ਨੂੰ ਉਹ ਕਰਿਆ ਕਰਦੇ ਤੂੰ ਕਿੰਨਾ ਕੁਛ ਕਹੇਗੀ ਮੈਨੂੰ ਮੈਂ ਕੀ ਕਿਹਾ ਗਾ ਮੈਂ ਕੁਛ ਨਹੀਂ ਕਿਹਾ ਹੈਗਾ ਤੈਨੂੰ ਗਲਤ ਫਲਤਾ ਚੱਲ ਕੋਈ ਨਾ ਤੂੰ ਐਨੇ ਚੁੰਮੀਆਂ ਗੱਲਾਂ ਕਹੀਆਂ ਨੇ ਤੈਨੂੰ ਮੈਨੂੰ ਚੱਲ ਤੈਨੂੰ ਦਵਾਈ ਦਵਾ ਲਿਆ ਜੇ ਤੈਨੂੰ ਮੇਰੇ ਤੇ ਇੰਨਾ ਹੀ ਪਿਆਰ ਆ ਰਿਹਾ ਨਾ ਆ ਫੜ ਤੂੰ ਘਰ ਦੇ ਕੰਮ ਹੀ ਕਰ ਲੈ ਦਵਾਈ ਤਾਂ ਮੈਂ ਆਪ ਹੀ ਲੈ ਆਉਂਗੀ ਲੈ ਦੇਖ ਲੈ ਪੈਣ ਦਾ ਬਹਾਨਾ ਚਾਹੀਦਾ ਉਹਨੂੰ ਕਹਿੰਦਾ ਦਵਾਈ ਮੈਂ ਬਿਮਾਰ ਹਾਂ ਹੈ ਮੈਨੂੰ ਕਹਿੰਦਾ ਉਹ ਮੈਨੂੰ ਕਹਿੰਦਾ ਦਵਾਈ ਦਵਾ ਲਿਆ ਇਹ ਜਾਂਦੀ ਨਹੀਂ ਮੈਂ ਕਿਹੜੇ ਖੂਹ 'ਚ ਡਿੱਗਾਂ ਸਰੇ ਹੀ ਪਿਆ ਇਹਨਾਂ ਦਾ ਤਾਂ ਬੁੜੀ ਜੀ ਤਾਂ ਨਾ ਕੋਈ ਹਿੱਲਾ ਕਰਨਾ ਪੈਣਾ 24 ਘੰਟੇ ਬਿੜਕਾ ਲੈਂਦੀ ਰਹਿੰਦੀ ਆ ਕੀ ਕਰਦੀ ਆ ਕਿੱਥੇ ਜਾਂਦੀ ਆ ਕਿੱਥੇ ਆਉਂਦੀ ਆ ਚੱਲ ਇਹਦਾ ਤਾਂ ਕਰਦੀ ਆ ਕੋਈ ਹਿੱਲਾ ਉਹ ਵੀ ਵੇਟ ਕਰ ਰਿਹਾ ਹੋਊਗਾ ਜਾਵਾਂ ਇਹਨੂੰ ਤਾਂ ਮੈਂ ਦੱਸੂੰਗੀ ਕੱਲ੍ਹ ਮਰਵਾਤੀ ਸੀ ਉੱਥੇ ਹਾਂ ਸਰ ਇਹਨੂੰ ਜਾ ਕੇ ਨਾ ਮੈਂ ਦੱਸ ਦਿਆਂਗੀ ਇਹਨੂੰ ਝੂਠਾ ਮੂਠਾ ਕਹਿ ਦੂੰਗੀ ਇਹਨਾਂ ਨੇ ਮੈਨੂੰ ਕੁੱਟਿਆ ਫਿਰ ਦੇਖਦੇ ਹਾਂ ਕੀ ਕਰਦਾ ਇਹਦਾ ਤਾਂ ਦੇਖੀ ਬਣਦਾ ਨਾ ਕੱਲ੍ਹ ਮਰਵਾਤੇ ਸੀਗੇ ਲੈ ਮਰਵਾਉਣ ਨੂੰ ਕੀ ਹੈ ਚੰਗੀ ਭਲੀ ਤਾਂ ਤੁਰੀ ਫਿਰਦੀਆਂ ਕੀ ਹੋਇਆ ਤੈਨੂੰ ਪਤਾ ਉਹ ਉੱਠ ਗਏ ਸੀਗੇ ਸੋਨੂੰ ਨਹੀਂ ਪਤਾ ਮੈਨੇ ਕਿਵੇਂ ਗੱਲ ਸੰਭਾਲੀ ਹੈਗੀ ਉਹ ਮੈਨੂੰ ਤੇਰੇ ਤੇ ਯਕੀਨ ਦੀ ਵੀ ਤੂੰ ਸਾਂਭ ਲੇਗੀ ਤਾਂ ਹੀ ਤਾਂ ਫਿਰਦਾ ਤੇਰੇ ਪਿੱਛੇ ਪਿੱਛੇ ਅੱਛਾ ਹਾਂ ਆਹੋ ਮਿੱਠੀਆਂ ਮਾਰਨਾ ਤਾਂ ਉੱਥੋਂ ਸਿੱਖੇ ਕੋਈ ਉਹ ਨਾਲੇ ਗੱਲ ਸੁਣ ਤੂੰ ਮਰਵਾਤੇ ਮਰਵਾਤੇ ਤਾਂ ਲੱਗੀ ਰਹਿਣੀ ਹੈ ਕਰਨ ਤੈਨੂੰ ਕਹਿ ਦਿਓ ਬੁੜੀ ਜੀ ਦਾ ਕੋਈ ਕਰਦੇ ਹੀਲਾ ਤੁਸੀਂ ਟੈਨਸ਼ਨ ਨਾ ਲਓ ਮੈਨੇ ਸਭ ਕੁਝ ਸੰਭਾਲਿਆ ਸਭ ਕੁਝ ਸੋਚ ਰੱਖਿਆਗਾ ਹੁਣ ਅਗਲੀ ਮੁਲਾਕਾਤ ਇੱਥੇ ਨਹੀਂ ਘਰੇ ਹੋਊਗੀ ਅੱਛਾ ਜੀ ਹਾਂਜੀ ਦੇਖੀ ਕਿਤੇ ਲਾਰਾ ਤਾਂ ਨਹੀਂ ਲਾ ਰਹੀ ਉਹ ਸੁਣ ਮੈਂ ਲਾਰੇ ਵਾਲੀ ਦੀ ਨਹੀਂ ਹੈਗੀ ਚਲ ਠੀਕ ਹੈ ਬਾਈ ਜੇ ਸੁਣ ਮੈਂ ਲਾਰੇ ਵਾਲੀ ਦੀ ਨਹੀਂ ਆ ਗੱਲ ਤਾਂ ਸੁਣ ਉਹ ਹੀ ਰਹਿਣੀ ਆ ਤੂੰ ਤਾਂ ਚੜੀ ਦੀ ਚੜੀ ਬੋਲੋ ਤੈਨੂੰ ਪਤਾ ਰਾਤ ਮੈਂ ਵੀ ਬਚ ਗਿਆ ਦੀ ਕਿਉਂ ਕੀ ਹੋ ਗਿਆ ਕੀ ਹੋਣਾ ਦੀ ਪੈਰ ਤੇ ਸੱਟ ਲੱਗੀ ਮੇਰੇ ਕੰਨ ਦੇ ਦੇਖਾਂ ਕਿੱਥੇ ਵੱਜੀ ਅੱਜ ਦਲੇ ਪੈਰ ਤੇ ਲੱਗੀ ਹੁਣ ਦਵਾਈ ਦਵਾਈ ਲਿਆਂਦੀ ਫਿਰ
दवाई ता जदों तेरे दर्शन हो गए आपदे आप ठीक हो जू। होर कुछ? कुछ तो बहुत कुछ है। हुण मेरी गल सुन। बोलो। छेती दा इलाज करा, मैनूं औखा है, रोज रोज ऐ कंधा टपनी आ। कोई ना, लास्ट समय ने करता। करता? चल फिर ठीक है। हुण आ दस। चलिए फिर बाजार। हाँ चलो, सुन तो ऐ भी नहीं हैगा भी मोटरसाइकिल ते लै जा, तुरकी लै के जाऊंगे। ਓ ਖੜਾ ਰੱਖਿਆ ਮੋਟਰਸਾਈਕਲ। ਸੋਨੂੰ ਪਤਾ ਮੈਂ ਕਦ ਦੀ ਆਈ ਖੜੀ ਆਂਗੀ। ਓ ਰਹਿਣ ਦੇ ਤੂੰ ਕਰੇ ਰਾ ਝੂਠ ਬੋਲਦੀ ਬੋਲਦੀ ਆ, ਤੂੰ ਮੇਰੇ ਮੂੰਹ ਤੇ ਝੂਠ ਬੋਲੀ ਜਾਂਦੀ ਆ। ਮੈਂ ਝੂਠ ਨਹੀਂ ਬੋਲੀ, ਠੀਕ ਆ, ਮੈਨੂੰ 10 ਮਿੰਟ ਹੋ ਗਏ ਸੀ ਆਉਂਦੀ ਨੂੰ। ਫਿਰ ਆਉਂਦੇ ਦਾ ਟਾਈਮ ਲੱਗੂਗਾ, ਉਰੇ ਤਾਂ ਖੜੀ ਤੇ ਮੈਨੂੰ ਤੈਨੂੰ ਟਾਈਮ ਲੱਗਿਆ। ਚਲ ਠੀਕ ਆ, ਤੁਸੀਂ ਤਾਂ ਮੰਨਣੀ ਨਹੀਂ, ਚਲ ਚੱਲੀਏ। ਆਹੋ ਬਿਨਾਂ ਮੰਨੀ ਤੇਰੇ ਪਿੱਛੇ ਪਿੱਛੇ ਫਿਰਦਾ ਰਹਿਣਾ ਮੈਂ। ਆਹੋ ਹੁਣ ਮੈਨੂੰ ਸੁਣਾਓ ਜੇ ਨਾ, ਠੀਕ ਆ। ਹੈਲੋ ਸੰਦੀਪਾ। ਹਾਂਜੀ। ਆ ਪੈਸੇ ਸਾਂਭਦੇ। ਚੰਗੀ ਗੱਲ ਆ, ਤੁਸੀਂ ਆਪ ਹੀ ਮੈਨੂੰ ਪੈਸੇ ਦੇਤੇ, ਮੈਂ ਸੂਟ ਮੰਗਣਾ ਸੀ ਸੋਥੋਂ। ਉਹ ਖਬਰਦਾਰ ਜੇ ਤੂੰ ਸੂਟ ਲੈ ਲੈਦਾ। ਕਿਉਂ? ਇਹ ਤਾਂ ਕਿਸ਼ਤ ਵਾਲੇ ਨੂੰ ਦੇਣੇ ਨੇ ਰੋਜ਼। ਮੈਨੂੰ ਨਹੀਂ ਪਤਾ ਦਾ ਕਿਸ਼ਤ ਵਾਲੇ ਨੂੰ ਬਾਅਦ ਚ ਦੇਣੇ। ਅਲਮਾਰੀ ਤਾਂ ਤੇਰੀ ਭਰੀ ਪਈ ਐ। ਇੱਕ ਵੀ ਸੂਟ ਨਹੀਂ ਹੈਗਾ ਮੇਰੇ ਕੋਲ ਨਵਾਂ। ਮੈਨੂੰ ਨਹੀਂ ਪਤਾ ਜੇ ਚੋ ਇੱਕ ਵੀ ਰੁਪਿਆ ਨਾ ਚੱਲ ਗਿਆ, ਮੈਥੋਂ ਬੁਰਾ ਕੋਈ ਨਹੀਂ। ਚੁੱਪ ਕਰਕੇ ਸਾਂਭ ਕੇ ਰੱਖ ਦੇਣੀ, ਮੈਂ ਆਪੇ ਰੱਖ ਦੇਣਾ ਇਹਨੂੰ। ਨਹੀਂ ਮੈਂ ਰੱਖ ਦੂੰਗੀ, ਕੋਈ ਨਾ। ਸੂਟ ਦੇ ਦੇ ਇਹਨੂੰ, ਸੂਟ ਦੇ ਦੇ, ਰੋਜ਼ ਹੀ ਸੂਟ ਮੰਗਣ ਬਹਿ ਜਾਂਦੀ ਇਹ। ਮੇਰੇ ਵਾਲਾ ਪੈਸੇ ਤਾਂ ਲੈ ਕੇ ਆਇਆ ਵਾ, ਐ ਨਹੀਂ ਹੈਗਾ ਵੀ ਇਹਨੂੰ ਸੂਟ ਦਵਾ ਦਾ। ਇੱਕ ਉਹ ਮੇਰੇ ਵਾਲਾ ਇੱਕ ਜੱਸ ਵਿਚਾਰਾ ਜਦੋਂ ਕਹੇ ਉਹਦੀ ਪੈਸੇ ਦੇ ਦਿੰਦਾ ਵਾ। ਉਹ ਬੁੜੀ ਜੀ ਤਾਂ ਮੈਂ ਸਕੀਮ ਲਾਉਣੀ ਆ, ਹੁਣ ਦੱਸਦੀ ਹਾਂ। ਬੜਾ ਚੰਬਲਦੀ ਸੀ ਇਹ। ਲੈ ਸਬਜ਼ੀ ਚੀਰਤੀ ਮੈਂ ਪੁੱਤ, ਰੋਟੀ ਬਣਾ ਲੈ ਤੂੰ। ਕੋਈ ਨਾ ਬੇਬੇ, ਮੈਂ ਬਣਾ ਦਿੰਦੀ ਹਾਂ। ਹਾਂ ਬੜੀ ਹੁਸ਼ਿਆਰ ਪਾਉਂਦੀ ਸੀ। ਕੋਈ ਨਾ ਬੁੜੀਏ, ਹੁਣ ਦੇਖੀ ਤੈਨੂੰ ਪਾਉਂਦਾ ਕੀ। ਦੇਖੀ ਬੁੜੀ ਤੇਰੇ ਨਾਲ ਬਣਦਾ ਕੀ, ਬੜੀ ਚੰਬਲਦੀ ਸੀ ਨਾ। ਕੋਈ ਨਾ, ਤੀਰ ਟਿਕਾਣੇ 'ਤੇ ਲੱਗ ਜਾਂਦੇ ਇੱਕ ਵਾਰ, ਅੱਗ 'ਚ ਫੂਸ ਪਾਉਣਾ ਤਾਂ ਮੈਂ ਜਾਣਦੀ ਹਾਂ। ਸੁਣਦੇ ਨਹੀਂ? ਹਾਂ ਸੁਣਾ, ਕੀ ਸੁਣਾਈ ਨਹੀਂ ਤੂੰ? ਮੈਂ ਤਾਂ ਸੁਣ ਐਂ ਕਹਿੰਦੀ ਸੀਗੀ ਮੈਨੂੰ ਇੱਕ ਹੋਰ ਸੂਟ ਦਵਾ ਦਿਓ ਕਹਿਣ ਜਾ। ਉਹ ਤੇਰੀ ਤੜਕੀ ਤਾਂ ਮੈਂ ਇੱਕ ਹੱਥ ਲਾ ਕੇ ਅੱਡਾਂ, ਦਵਾ ਦੇ ਇਹਨੂੰ ਸੂਟ। 50 ਵਾਰੀ ਕਿਹਾ, ਤੈਨੂੰ ਪਤਾ ਕਿਵੇਂ ਪੈਸਾ ਬਣਦਾ। ਉਹ ਯਾਰ ਤੁਹਾਨੂੰ ਪਤਾ ਨਹੀਂ ਹੈਗਾ, ਆਪਾਂ ਨੂੰ ਵਿਆਹ ਆ ਰਿਹਾ ਹੈਗਾ। ਉਹ ਵਿਆਹ? ਵਿਆਹ ਕਿਹਦਾ ਆ ਗਿਆ? ਮੇਰੀ ਸਹੇਲੀ ਦੇ ਦਿਓਰ ਦਾ ਵਿਆਹ ਹੈਗਾ। ਅੱਛਾ, ਉਹਦੇ ਸਕੀਆਂ ਰਿਸ਼ਤੇਦਾਰਾਂ 'ਚ ਤਾਂ ਮੈਥੋਂ ਜਾਇਆ ਨਹੀਂ ਜਾਂਦਾ, ਆ ਤੇਰੀ ਸਹੇਲੀ ਦੇ ਵਿਆਹ ਫੁੱਕਾ ਮੈਂ। ਲੱਗ ਜਾ ਵਿਆਹ। ਕੀ ਆ, ਤੁਸੀਂ ਤਾਂ 24 ਘੰਟੇ ਭੱਖੇ ਰਹਿਣੇ ਹੋਗੇ। ਭੱਖੇ ਰਹਿਣੇ? ਗੱਲੇ ਇਹੋ ਜਿਹੀ ਕਰਦੀਆਂ ਤੂੰ, ਸਹੇਲੀ ਦੇ ਵਿਆਹ ਲੱਗ ਜਾ। ਫਿਰ ਕੀ ਹੋ ਗਿਆ ਗਾ? ਤੂੰ ਬਗ ਜੀ ਮੈਥੋਂ ਨਹੀਂ ਜਾ ਜਾਂਦਾ ਨਾ, ਪੈਸੇ ਕਿਉਂ ਝਾੜਾਂ ਨੂੰ ਲੱਗਦੇ ਨੇ। ਲੱਗ ਜਾ ਵਿਆਹ। ਤੁਹਾਡੇ ਕੋਲ ਤਾਂ ਮੇਰੇ ਲਈ ਪੈਸੇ ਹੀ ਨਹੀਂ ਹੁੰਦੇ। ਪੈਸੇ ਨਹੀਂ ਹੁੰਦੇ, ਪੈਸੇ ਨਹੀਂ ਹੁੰਦੇ। ਚਲ ਉਹ ਗੱਲ ਤਾਂ ਛੱਡ, ਆ ਬਿਸਤਰਾ ਨਹੀਂ ਵਿਛਾਇਆ ਅੱਜ ਮੇਰਾ। ਫੂਕ ਦਿੰਦੀ ਆ ਤੁਹਾਡਾ ਬਿਸਤਰਾ, ਪੈ ਜਾਓ। ਫੂਕ ਦਿੰਦੀ ਆ, ਚੱਜ ਨਾਲ ਤਾਂ ਬੋਲ ਪਿਆ ਕਰ। ਜਦੋਂ ਚੱਜ ਨੂੰ ਚੱਜ ਨਾਲ ਪੈਸੇ ਦੇਣ ਲੱਗੇ ਨਾ, ਉਦੋਂ ਬੋਲ ਪਿਆ ਕਰੂੰਗੀ। ਗੱਲਾਂ ਦੇਖ, ਜ਼ਬਾਨ ਦੇਖ ਕਿਵੇਂ ਗੱਠ ਗੱਠ ਦੀ ਲੱਗੀ ਆ ਇਹਦੇ। ਇਹ ਖਾਊ ਕਦੇ ਮੇਥੋਂ? ਪਹਿਲਾਂ 24 ਘੰਟੇ ਦਿਮਾਗ ਖਰਾਬ ਕਰਕੇ ਰੱਖ ਦਿੰਦੀ। ਆ ਚੱਕ ਫੂਕ ਲਾ ਦਾ ਬਿਸਤਰਾ। ਤੂੰ ਨਾ ਕਦੇ ਸਿੱਧੇ ਮੂੰਹ ਬੋਲੀ ਮੈਨੂੰ, ਫੂਕ ਲਾ ਬਿਸਤਰਾ, ਫੂਕ ਲਾ ਬਿਸਤਰਾ। ਕਦੇ ਤਾਂ ਚੱਜ ਨਾਲ ਬੋਲ ਪਿਆ ਕਰ ਮੈਨੂੰ। ਦਿਮਾਗ ਨਾ ਖਰਾਬ ਕਰੋ, ਪੈ ਜਾਊਗਾ। ਦਿਮਾਗ ਨਾ ਖਰਾਬ ਕਰੋ, ਮੈਂ ਪਰਾਂ ਹੂੰ। ਅੱਡ ਚੱਕ ਲਿਆ ਆਪਦਾ, ਮੇਰਾ ਹੀ ਆਹੀ ਛੱਡੋ। ਅੱਡ ਚੱਕ ਲਿਆ ਆਪਦਾ, ਏ ਖਰਾਬ ਕਰਤੀ ਇਹ। ਆਹ ਤਾਂ ਯਾਰ ਲੇਟ ਹੋ ਗਏ, ਲੇਟ ਉੱਠਿਆ ਗਿਆ ਅਜੇ ਤਾਂ। ਇੱਕ ਤਾਂ ਟਾਈਮ 'ਤੇ ਬਿਸਤਰਾ ਵਸਾਉਂਦੀ ਆ। ਓ ਹੈਲੋ, ਓਏ ਉੱਠ ਜਾ। ਕੀ ਆ ਯਾਰ, ਬਹਿ ਜਾਂਦਾ ਉਵੇਂ, ਤੜਕੀ ਤੜਕੀ ਲੱਗ ਰਿਹਾ ਯਾਰ। ਸੂਰਜ ਸਿਰ 'ਤੇ ਚੜ ਰਿਹਾ ਯਾਰ, ਪੈ ਜਾਂਦੇ। ਉਹ ਤੂੰ ਪਈ ਰਹੀ ਮਹਾਰਾਣੀ, ਮੈਨੂੰ ਪੈਸੇ ਦੇ, ਮੈਂ ਉਹ ਕਿਸ ਤਰ੍ਹਾਂ ਨਿਬੜ ਕੇ ਆਵਾਂ ਕੰਮ। ਕੀ ਆ ਯਾਰ, ਇੱਥੇ ਪਏ ਨੇ ਪੈਸੇ। ਉਹ ਤੈਨੂੰ ਇਹ ਦਿੱਤੇ ਤੇ, ਆਹ ਕੱਢ ਦੇ, ਸਰਾਣਾ ਲੱਗ ਤਾਂ ਪਈਆਂ ਤੇ। ਨਹੀਂ ਮੈਂ ਕੱਢ ਲੈਂਦਾ, ਤੈਨੂੰ ਕਾਹਨੂੰ ਤੰਗ ਕਰਦਾ ਮੈਂ ਮਹਾਰਾਣੀ ਨੂੰ, ਕਸ਼ਟ ਦਿੰਦਾ ਤੈਨੂੰ। ਪੈਸੇ? ਪੈਸੇ ਕਿੱਧਰ ਗਏ? ਓਏ ਉਰੀ ਹੁਣੇ ਪੈਸੇ ਕਿੱਥੇ ਨੇ? ਫੇਰ ਮੈਨੇ ਇਹਦੇ ਵਿੱਚ ਹੀ ਰੱਖੇ ਸੀਗੇ। ਤੈਂ ਚਲਾਏ ਹੁਣੇ ਪੱਕਾ? ਮੈਨੂੰ ਸੌਂ ਲੱਗੇ, ਮੈਨੇ ਨਹੀਂ ਚਲਾਏ ਹੈਗੇ। ਤੈਂ ਹੀ ਚਲਾਏ ਨੇ, ਰਾਤ ਸਹੇਲੀ ਸਹੇਲੀ ਦੇ ਵਿਆਹ ਨੂੰ ਕਰਦੀ ਆ, ਮੈਨੂੰ ਲੱਗਦਾ ਤੈਨੇ ਖਰਚ ਤੇ। ਇਹ ਯਾਰ ਰਾਤ ਰਾਤ 'ਚ ਹੀ ਖਰਚ ਤੇ, ਰਾਤ ਰਾਤ 'ਚ ਖਰਚ ਤੇ, ਤਾਂ ਹੀ ਮਿੱਠੀ ਹੋ ਰਹੀ ਤੀ ਰਾਤ ਨੂੰ ਮੇਰੇ ਨਾਲ। ਯਾਰ ਨਹੀਂ, ਸੌਂ ਲੱਗੇ ਮੈਨੂੰ, ਤੁਹਾਡੀ ਸੌਂ ਲੱਗੇ।
ਤੂੰ ਐਵੇਂ ਨਾ ਝੂਠੀਆਂ ਸਵਾ ਖਾ ਮੇਰੀਆਂ। ਮੈਨੂੰ ਨਹੀਂ ਪਤਾ, ਮੈਨੇ ਇਹਦੇ ਵਿੱਚ ਹੀ ਰੱਖੇ ਸੀਗੇ ਪੈਸੇ। ਨਾ ਹੋਰ ਦੱਸ ਇਹਨੂੰ ਕੀ ਹੋ ਗਿਆ, ਅਲਮਾਰੀ ਖਾ ਗਈ ਪੈਸਿਆਂ ਨੂੰ ਮੇਰਿਆਂ ਨੂੰ। ਫਿਰ ਮੈਨੂੰ ਸੌਂ ਲੱਗੇ, ਨਹੀਂ ਪਤਾ ਮੈਨੂੰ ਪੈਸੇ ਕਿੱਧਰ ਗਏ, ਮੈਨੇ ਇਹਦੇ ਵਿੱਚ ਸਾਂਭ ਕੇ ਰੱਖੇ ਸੀਗੇ ਪੈਸੇ। ਤੈਨੂੰ ਕੀ ਪਤਾ ਅੱਜ ਆਖਰੀ ਕਿਸ਼ਤ ਦੀ ਉਹ ਆ ਡੇਟ, ਆ ਮੈਂ ਕਿੱਥੋਂ ਦੇਦਾ ਹੁਣ ਇਹਨੂੰ। 24 ਘੰਟੇ ਮੈਨੂੰ ਉਸੇ ਦੀ ਸੋਚ ਰਹਿੰਦੀ ਹੈ। ਤੁਸੀਂ ਮੇਰੇ ਦੀ ਚੜ ਜਾਂਦੇ ਹੋਗੇ, ਹੁਣ ਮੈਂ ਦੱਸ ਕੀ ਕਰਾਂ। ਕਿਸ਼ਤਾਂ ਵੀ ਤਾਂ ਹੀ ਸਟਾਰਟ ਕਰੀ ਨਾ, ਚੜ ਜਾਂਦੇ ਹੋ ਮੇਰੇ ਤੇ, ਉਹ ਤਾਂ 24 ਹੋਊਗੀ ਨਾ। 50 ਤਾਂ ਤੁਹਾਨੂੰ ਕਿਸ਼ਤਾਂ ਚਲਾ ਰੱਖੀਆਂ ਨੇ ਯਾਰ। ਮੈਨੂੰ ਨਹੀਂ ਪਤਾ, ਠੀਕ ਆ ਪੈਸੇ ਕਿੱਥੇ ਨੇ, ਬੇਬੇ ਨੂੰ ਪੁੱਛ ਲਓ ਜਾ ਕੇ। ਨਾ ਬੇਬੇ ਨੂੰ ਸਾਰੀਆਂ ਗੱਲਾਂ ਬੇਬੇ ਨੂੰ ਪਤਾ, ਤੈਨੂੰ ਤਾਂ ਦੇਗਾ ਬੇਬੇ ਨੂੰ ਤੇ ਮੈਂ ਪੈਸੇ। ਉਹ ਵੀ ਘਰ ਦਾ ਮੈਂਬਰ ਆ ਇੱਕ ਤਰ੍ਹਾਂ, ਉਹਨੂੰ ਪਤਾ ਹੋਊਗਾ। ਉਹਨੂੰ ਮੈਂਬਰ ਤਾਂ ਹੋਊਗਾ, ਚੱਲ ਠੀਕ ਹੈ। ਪੈਸੇ ਦਿੱਤੇ ਕਿਹਨੂੰ ਤੇ ਮੈਨੂੰ ਐ ਦੱਸ। ਮੈਨੂੰ ਦਿੱਤੇ ਸੀ, ਮੈਂ ਇਹਦੇ ਵਿੱਚ ਰੱਖੇ ਸੀ, ਬਾਕੀ ਮੈਨੂੰ ਪਤਾ ਨਹੀਂ ਕਿੱਧਰ ਗਏ ਕਿੱਧਰ ਨਹੀਂ ਗਏ। ਤੂੰ ਸਮਾਰ ਕੇ ਚੈੱਕ ਕਰ ਲੈ ਯਾਰ। ਮੈਨੂੰ ਨਹੀਂ ਪਤਾ ਹੈਗਾ, ਠੀਕ ਆ ਆਪਦਾ ਲੱਭ ਲਓ ਜੇ ਲੱਭਦੇ ਨੇਗੇ। ਮੈਂ ਤੜਕੇ ਤੜਕੇ ਦਿਮਾਗ ਖਰਾਬ ਕਰਨ ਲੱਗੇ। ਆ ਲਾਸਟ ਡੇਟ ਤੇ ਤੁਹਾਡਾ ਚੱਕਰ ਪੈ ਜਾਂਦਾ, ਹੁਣ ਮੈਂ ਕਿੱਥੋਂ ਲੈਵਾਂ ਕਿਸ਼ਤਾਂ। ਮੈਨੂੰ ਨਹੀਂ ਪਤਾ। ਓ ਸੁਣਤਾ ਲੈ ਮੇਰੀ ਗੱਲ, ਮੈਂ ਸੁਣ। ਓ ਮੇਰੀ ਗੱਲ ਤਾਂ ਸੁਣ ਲਾ, ਚੱਕ ਕੇ ਮੂੰਹ ਇੱਧਰ ਆ ਗਈ ਹੋਣਾ। ਓ ਹੈਲੋ, ਮੈਂ ਤੈਨੂੰ ਸੁਣਦਾ ਨਹੀਂ ਹੈਗਾ ਯਾਰ। ਕੀ ਕਹਾਂ ਮੈਂ ਤੈਨੂੰ, ਹੁਣ ਮੈਂ ਤੈਨੂੰ 20 ਵਾਰ ਕਹਿਤਾ ਵੀ ਮੈਨੂੰ ਨਹੀਂ ਪਤਾ। ਨਾ ਮੈਨੂੰ ਐਂ ਦੱਸ, ਪੈਸੇ ਕਮਾਉਣੇ ਸੌਖੇ ਨੇ? ਮੈਨੂੰ ਪਤਾ ਸੌਖੇ ਨਹੀਂ ਹੈਗੇ, ਪਰ ਮੈਂ ਉੱਥੇ ਰੱਖੇ ਸੀ, ਉਸ ਤੋਂ ਬਾਅਦ ਮੈਨੂੰ ਨਹੀਂ ਪਤਾ ਕਿੱਥੇ ਨੇ ਕਿੱਥੇ ਨੇ। ਏ ਬੇਬੇ, ਏ ਬੇਬੇ, ਹਾਂ ਆ ਸਮਝਾ ਦੇ ਇਹਨੂੰ ਮੜਾ ਮੋਟਾ ਗੁੱਸਾ। ਕੀ ਹੋ ਗਿਆ ਬੜਾ, ਮੈਨੂੰ ਪੈਣ ਦਿਆ ਕਰੋ 10 ਮਿੰਟ। ਮੈਂ ਤੈਨੂੰ ਕੀ ਦੱਸਾਂ ਯਾਰ, ਹੁਣ ਮੈਂ ਕਿਸ਼ਤ ਭਰਨੀ ਆ, ਹੁਣ ਕਿਸ਼ਤ ਵਾਲਾ ਫੋਨ ਤੇ ਫੋਨ ਚੜੀ ਜਾਂਦਾ ਮੈਨੂੰ। ਹੁਣ ਤੇ 10 ਵਜੇ ਤੱਕ ਪਈ ਰਹਿੰਦੀ ਆ, ਮੈਨੂੰ 10 ਮਿੰਟ ਨਹੀਂ ਪੈਣ ਦਿੰਦੇ ਤੁਸੀਂ। ਮੈਨੂੰ ਯਾਰ ਪੈਸੇ ਦੱਸੋ ਕਿਹਦੇ ਲਵੇ ਨੇ, ਮੈਨੂੰ ਐ ਨਹੀਂ ਸਮਝ। ਮੈਨੂੰ ਨਹੀਂ ਪਤਾ ਕਿੱਥੇ ਨੇ ਪੈਸੇ, ਮੈਂ ਇੰਨਾ ਥੋੜੂ ਕਹਾਣਾ ਸੀ ਤੁਹਾਨੂੰ। ਮੈਂ ਤਾਂ ਲਏ ਪੈਸੇ, ਮੈਂ ਤਾਂ ਤੇ ਤੋਂ ਮੰਗ ਕੇ ਲੈਣੇ ਨੇ ਪੈਸੇ ਪੁੱਤ, ਮੈਂ ਕੀ ਕਰਨੇ ਨੇ ਪੈਸੇ ਚੱਕ ਕੇ। ਮੈਨੂੰ ਦੱਸ ਬੇਬੇ ਦਾ ਪੈਸਿਆਂ ਦਾ ਪਤਾ ਹੀ ਨਹੀਂ ਹੈਗਾ, ਤੇਰੇ ਲਵੇ ਨੇ ਪੈਸੇ। ਆ ਰਾਤ ਤੂੰ ਸਹੇਲੀ ਸਹੇਲੀ ਕਰੀ ਦੀ ਸਹੇਲੀ ਦਾ ਵਿਆਹ। ਅੱਛਾ, ਇਸ ਦਾ ਮਤਲਬ ਮੈਂ ਚੱਕੇ ਨੇਗੇ? ਨਾ ਫਿਰ ਹੋਰ ਕਿੰਨੇ ਚੱਕਣੇ ਮੈਨੂੰ ਆਪੇ ਦੱਸ। ਮੈਨੂੰ ਆਇਆ ਸੀ ਪੈਸੇ ਦਿੱਤੇ ਕਿਹਨੂੰ ਤੇ? ਮੈਂ ਕੀ, ਮੈਨੂੰ ਦਿੱਤੇ ਸੀ, ਮੈਨੇ ਉੱਥੇ ਰੱਖੇ ਸੀ, ਉਸ ਤੋਂ ਬਾਅਦ ਮੈਨੂੰ ਨਹੀਂ ਪਤਾ। ਮੈਂ ਤਾਂ 100 ਵਾਰ ਹਾਲ ਹੋ ਚੇ। ਨਾ ਤੁਸੀਂ ਚੱਕ ਕੇ ਮੂੰਹ ਵਗ ਜਾਂਦੇ ਹੋ, ਘਰੇ ਤਾਂ ਗੌਰ ਰੱਖ ਲਿਆ ਕਰੋ। ਹੁਣ ਮੈਂ ਦੱਸਿਸ ਖੜੇ ਪੈਰ ਕਿੱਥੋਂ ਲਿਆ ਤੁਹਾਨੂੰ ਪੈਸੇ। ਆ ਪੈਸੇ, ਅਬੇ ਬੇਰੇ ਕਿਵੇਂ ਆ ਗਏ ਪੈਸੇ? ਮੈਨੂੰ ਕੀ ਪਤਾ ਪੁੱਤ। ਬਸ ਦੇਖ ਲਈ ਉਹਦੀ ਮਾਂ ਦੀ ਕਰਤੂਤ, ਮੇਰੇ ਤੇ ਦੂਸ਼ਣ ਲਾ ਰਹੇ ਸੀਗੇ। ਤੂੰ 2 ਮਿੰਟ ਚੁੱਪ ਕਰ ਜਾ। ਵਾਹ ਬਾਈ ਵਾਹ, ਸ਼ਾਬਾਸ਼ ਸ਼ਾਬਾਸ਼ ਬਣਾ ਦੇ ਚੋਰ ਮੈਨੂੰ। ਆਹੀ ਕਮੀ ਰਹਿ ਗਈ ਤੀ, ਹੋਰ ਤਾਂ ਕੁਦਰਲੇ ਮੇ ਕੋਈ ਗੱਲ ਨਹੀਂ ਹੈਗੀ। ਵਧੀਆ ਵਧੀਆ, ਮੈਨੂੰ ਕੀ ਪਤਾ, ਮੈਨੂੰ ਕੀ ਪਤਾ ਪੁੱਤ। ਮੈਂ ਤਾਂ ਹੁਣ ਪਈ ਤੀ, ਮੈਂ ਤਾਂ ਆ ਕੇ ਕੰਮ ਧੰਦਾ ਕਰਕੇ ਪੈ ਗਈ ਤੀ ਪੁੱਤ। ਤੂੰ ਸਿਆਣੀ ਵਿਆਣੀ ਆ, ਕਿਉਂ ਇਹ ਜੇ ਕੰਮ ਕਰਦੀ? ਤੂੰ ਮੈਥੋਂ ਮੰਗ ਲੈਂਦੀ, ਮੈਂ ਤੈਨੂੰ ਕਦੇ ਜਵਾਬ ਦਿੱਤਾ? ਮੈਨੂੰ ਨਹੀਂ ਆਉਂਦੀ, ਤੈਨੂੰ ਜੰਮ ਕੇ ਪਾਰ ਕੱਢਾ ਕਰ, ਮੈਨੂੰ ਜ਼ੋਰ ਬਣਾ ਦਾ ਤਾਂ ਦੱਸ। ਮੈਂ ਦੱਸ ਪੈਸੇ ਕਿਵੇਂ ਮਿਲੇ, ਕਿੱਥੇ ਨੇ? ਮੈਨੂੰ ਕੀ ਸੁਪਨੇ ਆਉਂਦੇ ਨੇ ਪੈਸਿਆਂ ਦੇ? ਅੱਗੇ ਮੈਂ ਤੈਨੂੰ ਕਿਹਾ ਕੁਝ ਕਦੇ? ਬਸ ਆਹੀ ਕਮੀ ਰਹਿ ਗਈ ਤੀ ਬਾਈ, ਸ਼ਾਬਾਸ਼ ਤੇਰੇ, ਆਹੀ ਕਮੀ ਰਹਿ ਗਈ ਤੀ। ਪੈਸੇ ਵੀ ਉਹੀ ਨੇ, ਪੈਸੇ ਵੀ ਉਹੀ ਨੇ, ਜੇ ਹੋਰ ਵੀ ਕਹਿ ਦਿੰਦਾ ਮੈਂ। ਚੱਲ ਜੋ ਕੁਛ ਕਰ ਲਿਓ ਕਰ ਲੈ, ਘਰੋਂ ਕੱਢ ਦੇ ਮੈਨੂੰ ਜੇ ਮੈਂ ਚੋਰ ਆ। ਘਰੋਂ ਕੱਢ ਦੇ ਇਧਰ, ਤੂੰ ਕਹਿੰਦੀ ਖੜ ਜਾ, ਤੂੰ ਚੁੱਪ ਕਰ ਜਾ। ਚੱਲ ਆਹੀ ਕਮੀ ਰਹਿ ਗਈ ਤੀ ਪੁੱਤ, ਸ਼ਾਬਾਸ਼ ਤੇਰੇ, ਮੈਂ ਭੱਗ ਜਾਂਦੀ ਆ ਘਰ ਛੱਡ ਕੇ ਪੁੱਤ। ਤੂੰ ਕਿਉਂ ਜਾਂਦੀ? ਨਾ ਨਾ, ਬਖਸ਼ ਦੇ ਮੈਨੂੰ, ਗਲਤੀ ਹੋ ਗਈ ਮੇਥੋਂ। ਚੱਲ ਤੁਸੀਂ ਨਾ ਮੈਨੂੰ ਕੁਛ ਕਹਿਣ ਦਿਓ, ਮੈਂ ਇਹਦੇ ਨਾਲ ਲੜਦਾ। ਇਹ ਕਹਿੰਦੀ ਮੈਂ ਜਾਣੀ ਆ ਪੇਕੇ, ਹੁਣ ਜੇ ਮੈਂ ਤੈਨੂੰ ਕਹਤਾ ਮੈਂ ਜਾਣੀ ਆ, ਹੁਣ ਮੈਂ ਦੱਸ ਕੀ ਕਰਾਂ? ਆ ਕਿਸ਼ਤਾਂ ਦੇ ਨਾਟ ਲਹੂ ਪੀਰ ਕੇ ਆ, ਪਹਿਲਾਂ ਤਾਂ ਕਿਸ਼ਤਾਂ ਲੈ ਲੈਣੇ ਤੁਸੀਂ, 50-50 ਕਰਾ ਰੱਖੀਆਂ ਨੇ, ਆਹੀ ਮੈਨੂੰ ਪਾ ਰੱਖਿਆ। ਬਸ ਦੇਖ ਲਿਆ ਪਹਿਲਾਂ ਤੁਸੀਂ, ਤੁਸੀਂ ਆਪੇ ਨਿਬੜੋ ਓਏ। ਐਦੀ ਲੁਤਰੋ ਲੱਗੀ ਹੋਈ ਆ ਦਿੰਦਾ, ਜੋ ਮੈਂ ਕਹਿੰਦਾ ਨਾ ਚਾਬੀ ਦੇ ਦਿੰਦੀ ਆ, ਮੈਨੂੰ ਘਰੇ ਘੁੰਮ ਜਾਂਦਾ ਤਾਂ। ਚੋਰ ਬਣਾ ਤੇ ਵਧੀਆ ਤੇ ਕੋਈ ਨਾ, ਪਹਿਲਾਂ ਆਖਰ ਤੂੰ ਤਾਂ ਨਾ ਕਰਿਆ ਕਰ, ਚੋਰੀ ਕਰਨ ਦੀ ਚੋਰ ਨਹੀਂ। ਅੱਛਾ, ਸ਼ਾਬਾਸ਼ ਤੇਰੇ, ਬਾਣੀ ਤੇਰੇ, ਮੰਨ ਗਏ ਤੈਨੂੰ, ਪੈਸੇ ਚੱਕ ਕੇ ਆਪਣੀ ਮਾਂ ਨੂੰ ਫੜਾਉਣੇ, ਉਹਦੀ ਸਲਾਹ ਹੋਣੀ। ਇਹਦਾ ਮੈਨੂੰ ਚੋਰ ਬਣਾ ਤਾ ਨਾ, ਵਧੀਆ ਬਹੁਤ ਵੱਡਾ ਕੰਮ ਕੀਤਾ ਤਾ, ਸ਼ਾਬਾਸ਼ ਲੈਣ ਵਾਲੇ ਕੰਮ ਕਰਿਆ ਤਾ ਬਾਈ। ਇਹਨੂੰ ਲਾਵਾਂ ਦੇਖਾ ਫੋਨ ਕੀ ਕਹਿੰਦਾ। ਹੈਲੋ, ਹਾਂਜੀ, ਕਿਵੇਂ ਹੋ? ਮੈਂ ਵਧੀਆ, ਤੂੰ ਦੱਸ। ਹੋਰ ਫਿਰ ਸੁਣਾ ਕੋਈ ਗੱਲਬਾਤ, ਬਣਿਆ ਕੁਛ? ਬੁੜੀ ਦਾ ਕੋਈ ਹਿੱਲਾ ਹੋਇਆ? ਹਿੱਲਾ ਤਾਂ ਇਹੋ ਜਿਹਾ ਕੀਤਾ ਗਾ, ਤੁਸੀਂ ਦੱਸੋਗੇ ਮੈਂ ਸੁਣ ਬਾਅਦ ਚ। ਅੱਛਾ ਚੱਲ, ਐਂ ਕਰ ਯਾਰ, ਮਿਲਣ ਨੂੰ ਬੜਾ ਜੀ ਕਰਦਾ ਤੈਨੂੰ। ਮੈਂ ਆ ਰਿਹਾ ਤੇਰੇ ਕੋਲੇ ਹੁਣ। ਨਹੀਂ ਨਹੀਂ ਨਹੀਂ, ਹੁਣ ਨਹੀਂ। ਕਿਉਂ ਨਹੀਂ? ਘਰੇ ਸਾਰੇ ਨੇਗੇ, ਮੈਂ ਆਉਂ। ਮੈਂ ਐਂ ਕਰੋ, ਮੇਰੀ ਗੱਲ ਸੁਣੋ, ਮੈਂ ਆਊਂਗੀ ਤੁਹਾਡੇ ਕੋਲੇ, ਠੀਕ ਹੈ? ਕੋਈ ਬਹਾਨਾ ਲਾ ਕੇ ਆਉਣਾ ਪਊ, ਤੁਹਾਨੂੰ ਪਤਾ ਤਾਂ ਐਂ ਤਾਂ ਨਿਕਲਣ ਵੀ ਨਹੀਂ ਦਿੰਦੇ ਇਹ। ਠੀਕ ਹੈ, ਤੁਸੀਂ ਦੱਸੋ ਮੈਂ ਕਿੱਥੇ ਆਵਾਂ ਫਿਰ। ਇੱਕ ਤਾਂ ਆਪਣਾ ਪੱਕਾ ਟਿਕਾਣਾ, ਬਸ ਉੱਥੇ ਆ ਜਾ। ਠੀਕ ਹੈ, ਛੇਤੀ ਆ ਜੀ ਨਾਲੇ। ਠੀਕ ਹੈ, ਮੈਂ ਤਾਂ ਛੇਤੀ ਆਉਣੀ ਹੁੰਦੀ ਹਾਂ, ਤੁਸੀਂ ਲੇਟ ਹੋ ਜਾਂਦੇ ਹੋ। ਉਹ ਮੈਂ ਤਾਂ ਟਿਕਾਣੇ ਤੇ ਖੜੀ ਹਾਂ, ਸਮਝੋ ਤੂੰ ਆ ਜਾ ਬਸ। ਚਲੋ ਠੀਕ ਹੈ, ਮੈਂ ਆਉਣੀ ਹਾਂ। ਕਿੱਧਰ ਚੱਲੀ ਤੂੰ? ਟੋਕਤਾ, ਦਵਾਈ ਲੈਣ ਜਾ ਰਹੀ ਆ।
ਫੇ ਦਵਾਈ ਲੈਣੇ ਜਾ ਰਹੀ ਹੈ ਕੋਈ ਹੋਰ ਤੇ ਵਿਆਹ ਮਕਲਾ ਵੇ ਤਾਂ ਜਾ ਰਹੀ ਹਾਂ ਦੱਸ ਦਵਾਈ ਲੈਣ ਜਾਣੀ ਹੈ ਮੈਨੂੰ ਵੀ ਲੈ ਚੱਲ ਮੈਂ ਵੀ ਬੁਖਾਰ ਹੋ ਰਿਹਾ ਮੈਂ ਦਵਾਈ ਲਿਆਉਂਗੀ ਤੈਨੂੰ ਮੇਰੇ ਨਾਲ ਹੀ ਬੁਖਾਰ ਚੜਿਆ ਹੁੰਦਾਗਾ ਕੋਈ ਨਾ ਮੈਂ ਆਪ ਹੀ ਲਿਆ ਦੂੰਗੀ ਦੇਖ ਲੈ ਕਿਉਂ ਤੂੰ ਬਿਨਾ ਦੇਖੇ ਮੈਂ ਦਵਾਈ ਕਿਵੇਂ ਦੇ ਦੂੰ ਡਾਕਟਰ ਆ ਦੱਸ ਪਹਿਲਾਂ ਮੈਨੂੰ ਭਾਈ ਨਾ ਉਹਨਾਂ ਦੇ ਜਾਣ ਦੇ ਪਿੱਛੋਂ ਕੀ ਬੋਲਦੀ ਸੀਗੀ ਕੀ ਬੋਲੀ ਆ ਮੈਂ ਕੀ ਕੁਛ ਕਹਾਇਆ ਮੈਨੂੰ ਚੋਰਨੀ ਕਹਾਤਾ ਤੈਂ ਹਾਂ ਫਿਰ ਤੂੰ ਚੋਰਨੀ ਆ ਚੋਰਨੀ ਚੋਰਨੀ ਹੀ ਕਹਿੰਦੇ ਹੁੰਦੇ ਆ ਚੋਰ ਤੇਰੀ ਮਾਂ ਤੇਰਾ ਪਿਓ ਮੈਂ ਕਿਉਂ ਚੋਰੀ ਹੋਵਾਂ ਬੜ ਕੇ ਬਕਵਾਸ ਨਾ ਕਰ ਚੱਕ ਕੇ ਜਿਆਦੀ ਕਿਤੇ ਬੋਲਣ ਜਾਣਦੀ ਆ ਕੱਲ ਹੀ ਪੁੱਤਨੀ ਸੇ ਵੈਂ ਜਾਂ ਤੇ ਜਿਆਦੇ ਬੋਲਣ ਲੱਗੀ ਹੈਗੀ ਜਿਆਦੀ ਨਾ ਬੋਲ ਤੂੰ ਹੋਰ ਕਿਤੇ ਚੱਦਰ ਲੈ ਲੈ ਇਹ ਜਾਂਦੀ ਕਿੱਥੇ ਐ ਸਾਡੀ ਬਹੂ ਇਹ ਪਿੱਛਾ ਕਰਕੇ ਦੇਖਦੀ ਆ ਮੈਨੂੰ ਹਾਂ ਹੁਣ ਦੱਸ ਤੂੰ ਕਹਿੰਦੀ ਆ ਕੇ ਦੱਸੂਗੀ ਮੈਂ ਸੁਣ ਦੱਸਦੀ ਆ ਉਹ ਬੁੜੀ ਜੀ ਨਾ ਬਾਈ ਚੌਧਰ ਜੀ ਕਰਦੀ ਰਹਿੰਦੀ ਸੀ ਅੱਜ ਮੈਂ ਉਹਦੇ ਹਰ ਜੀ ਗੇਮ ਪਾਈ ਆ ਨਾ ਯਾਦ ਰੱਖੂਗੀ ਅੱਛਾ ਹਾਂ ਮੈਨੂੰ ਨਾ ਜਿਹੜੇ ਉਹਨਾਂ ਨੇ ਪੈਸੇ ਦਿੱਤੇ ਸੀਗੇ ਕਿਸ਼ਤ ਭਰਨ ਨੂੰ ਮੈਂ ਮੰਗੇ ਸੀ ਉਹਨਾਂ ਨੂੰ ਸੂਟ ਉਹ ਕਰਨ ਨੂੰ ਮੈਨੂੰ ਤਾਂ ਦਿੱਤੇ ਨਹੀਂ ਹੈਗੇ ਮੈਨੇ ਨਾ ਚੱਕ ਕੇ ਬੁੜੀ ਦੇ ਸਹਾਰੇ ਰੱਖਤੇ ਹਾਂ ਫਿਰ ਜਦੋਂ ਤੜਕੇ ਉਹਨਾਂ ਨੇ ਮੈਨੂੰ ਪੁੱਛਿਆ ਮੰਗਾ ਮੈਨੂੰ ਤਾਂ ਪੈਸੇ ਪਤਾ ਨਹੀਂ ਬੁੜੀ ਦੇ ਇਲਜ਼ਾਮ ਲਾਤਾ ਫਿਰ ਉਹ ਨਹੀਂ ਬੋਲਿਆ ਕੁਛ ਉਹ ਕਹਿੰਦਾ ਮੈਂ ਆ ਕੇ ਦੱਸਦਾ ਉਹਨੂੰ ਅਕਲ ਉਹਨਾਂ ਦੀ ਚੰਗੀ ਲੜਾਈ ਪਈ ਆ ਵਾ 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 ਆ ਤਾਂ ਕੰਮ ਤੂੰ ਬੜਾ ਕੈਂਟ ਕਰਾਈ ਲੈ ਹੁਣ ਤੇ ਨਾਲੇ ਉਹਨਾਂ ਨੂੰ ਹੁਣ ਮੇਰੇ ਤੇ ਪੂਰਾ ਯਕੀਨ ਹੋ ਗਿਆ ਮੈਨੂੰ ਐ ਲੱਗਦਾ ਚਲ ਐ ਤਾਂ ਯਾਰ ਤੂੰ ਬੜੀ ਕੈਂਟ ਆ ਯਾਰ ਤੂੰ ਸਰ ਹੀ ਲਾਦਾ ਨਹੀਂ ਯਾਰ ਹੋਰ ਤੁਸੀਂ ਦੱਸੋ ਹੋਰ ਬਸ ਇੰਨੀ ਕੈਂਟ ਖੁਸ਼ਖਬਰੀ ਸੁਣਾ ਦਿੱਤਾ ਹੋਰ ਮੈਂ ਤੈਨੂੰ ਕੀ ਸੁਣਾਵਾਂ ਤਾਂ ਸਾਨੇ ਉਹੀ ਸਮਝਿਆ ਸੀਗਾ ਹੂੰ ਚਲ ਐ ਕਰ ਮੈਨੂੰ ਆ ਗਿਆ ਇੱਕ ਛੋਟਾ ਜਿਹਾ ਕੰਮ ਯਾਦ ਆ ਕਿਉਂ ਕੀ ਹੋ ਗਿਆ ਜਾਣਾ ਯਾਰ ਫਿਰ ਆਪਾਂ ਮਿਲਦੇ ਆ ਹੁਣ ਤਾਂ ਨਾਲੇ ਬੜੀ ਚੱਕੀ ਲੈ ਉਹਦਾ ਐਵੇਂ ਨਹੀਂ ਪਤਾ ਕਦੋਂ ਆ ਜਾਵੇ ਚਲ ਠੀਕ ਹੈ ਚੰਗਾ ਚਲ ਮੈਂ ਜਾਣੀ ਆ ਠੀਕ ਆ ਓਕੇ ਅੱਜ ਤਾਂ ਖਾਸਾ ਟਾਈਮ ਹੋ ਗਿਆ ਕਿਤੇ ਬੁੜੀ ਜੂ ਮੈਨੂੰ ਸ਼ੱਕ ਕਰ ਜੀ ਮੰਮੀ ਤੁਸੀਂ ਮੇਰੇ ਕਮਰੇ ਚ ਕੀ ਹੋ ਗਿਆ ਕਿਉਂ ਬੈਠਣ ਦੇ ਵੀ ਕੋਈ ਜੁਰਮਾਨਾ ਲਾਵੇਂਗੀ ਨਹੀਂ ਨਹੀਂ ਮੈਂ ਤਾਂ ਵੈਸੇ ਪੁੱਛ ਰਹੀ ਸੀ ਕਿ ਦਵਾਈ ਲਈ ਤੂੰ ਹਾਂ ਗੋਲੀਆਂ ਤਾਂ ਦਿੰਦੀ ਤੇਰੇ ਵਾਸਤੇ ਦਵਾਈ ਨਹੀਂ ਦਿੰਦੀ ਕੋਈ ਉਹ ਤਾਂ ਮੈਂ ਟੀਕਾ ਲਵਾ ਕੇ ਆਈ ਸੀਗੀ ਅੱਛਾ ਹਾਂ ਦਰਦ ਮੈਨੂੰ ਨਾ ਚਾਰ ਤੂੰ ਮੈਂ ਸਭ ਜਾਣਦੇ ਤੇਰੀ ਕਰਤੂਤਾਂ ਸਭ ਪਤਾ ਲੱਗ ਗਿਆ ਮੈਨੂੰ ਸੁਣ ਗਿਆ ਇੰਨੀ ਮੈਂ ਭੋਲੀ ਨਹੀਂ ਹੈਗੀ ਜਿਵੇਂ ਤੂੰ ਸਮਝਦੀ ਹੈ ਮੈਨੂੰ ਸਭ ਦੇਖਦੀ ਹਾਂ ਮੈਂ ਤੇਰੇ ਕਹਿੰਦੀ ਕਰਤੂਤਾਂ ਜਿਹੜੀ ਤੂੰ ਕਰਦੀ ਫਿਰਦੀ ਹੈ ਕਿੱਥੇ ਜਾਂਦੀ ਹੈ ਕੀ ਕਰਦੀ ਹੈ ਸਭ ਪਤਾ ਲਾ ਲਿਆ ਮੈਂ ਬੇਬੇ ਮੈਨੂੰ ਮਾਫ਼ ਕਰ ਦੇ ਠੀਕ ਹੈ ਤੁਸੀਂ ਉਹਨਾਂ ਨੂੰ ਨਾ ਦੱਸਿਓ ਨਹੀਂ ਤਾਂ ਸਾਡਾ ਘਰ ਬਰਬਾਦ ਹੋ ਜੂਗਾ ਮੈਨੂੰ ਮਾਫ਼ ਕਰ ਦੇ ਬੇਬੇ ਚੱਲ ਤੇ ਜੇ ਗਲਤੀ ਮੰਨੇ ਲਈ ਹੈਂ ਕੋਈ ਨਾ ਅੱਗੇ ਤੋਂ ਇਹ ਕੰਮ ਨਾ ਕਰੀ ਮੈਂ ਤੈਨੂੰ ਦੇਖ ਤੂੰ ਆਪਦਾ ਸਰ ਘਰ ਦਾ ਕਬੀਲਦਾਰੀ ਸਾਂਭ ਸਾਰਾ ਕੁਛ ਆਪਦਾ ਉਹ ਕਰ ਪਾਈ ਦੇਖ ਮੈਂ ਸਭ ਕੁਛ ਭੁੱਲ ਜੂੰਗੀ ਫਿਰ ਆ ਗਲਤੀ ਨਾ ਕਰੀ ਅੱਗੇ ਤੋਂ ਠੀਕ ਹੈ ਨਹੀਂ ਕਰਦੀ ਹਾਂ ਚੱਲ ਮੈਂ ਉਹਨੂੰ ਵੀ ਸਮਝਾ ਦੂੰਗੀ ਮੈਂ ਕੋਈ ਗੱਲ ਨਹੀਂ ਕਰਦੀ ਉਹਦੇ ਲੈ ਬੇ ਠੀਕ ਹੈ ਤੂੰ ਚੁੱਪ ਕਰਕੇ ਆਪਦਾ ਘਰ ਸਾਂਭ ਲੈ ਚੁੱਲ੍ਹਾ ਚੌਂਕਾ ਸਾਂਭ ਲੈ ਮੈਨੂੰ ਇਹੀ ਬਹੁਤ ਹੈ ਮੈਨੂੰ ਬੈਠੇ ਨੂੰ ਦੋ ਰੋਟੀਆਂ ਦੇਈ ਜਾ ਵਾਧੂ ਹੈ ਧੀਏ ਚੱਲ ਸਿਆਣੀ ਬਣ ਜਾ ਠੀਕ ਹੈ ਬੇਬੇ ਮੈਂ ਨਹੀਂ ਕਰਦੀ ਅੱਗੇ ਤੋਂ ਗਲਤੀ ਠੀਕ ਹੈ ਲੈ ਧੀਏ ਤੈਨੂੰ ਮਾਫ਼ ਤਾਂ ਕਰਤਾ ਮੈਂ ਅੱਗੇ ਤਾਂ ਇਹ ਕੰਮ ਨਾ ਕਰੀ ਹੈਂ ਸਿਆਣੀ ਬਣ ਕੇ ਰਹਿ ਦੇਖ ਆਪਦਾ ਜਕਵੀਲਦਾਰੀ ਸਾਂਭ ਚੁੱਲ੍ਹਾ ਚੌਂਕਾ ਸਾਂਭ ਮੈਨੂੰ ਬੈਠੇ ਨੂੰ ਦੋ ਫੁਲਕੇ ਦੇਈ ਜਾ ਇਹੀ ਬਹੁਤ ਹੈ ਹੈਂ ਮੈਂ ਸਭ ਕੁਛ ਭੁੱਲ ਗਈ ਤੈਂ ਗਲਤੀ ਮੰਨ ਲਈ ਆਪਦੀ ਸ਼ਾਬਸ਼ ਹੈ ਤੇਰੇ ਠੀਕ ਹੈ ਬੇਬੇ ਮੈਂ ਕੋਈ ਗਲਤੀ ਨਹੀਂ ਕਰਦੀ ਉਹਨੂੰ ਵੀ ਸਮਝਾ ਦੂੰਗੀ ਕੋਈ ਨਾ ਵੀ ਵਧੀਆ ਹੁਣ ਕਬੀਲਦਾਰੀ ਚਲਾ ਰਹੀ ਹੈ ਭਾਈ ਠੀਕ ਹੈ ਸਿਆਣੀ ਆ ਕੁੜੀ ਠੀਕ ਹੈ ਬੇਬੇ ਮੈਂ ਗਲਤੀ ਦਾ ਮੌਕਾ ਨਹੀਂ ਦਿੰਦੀ ਚੰਗਾ ਮੇਰਾ ਪੁੱਤ ਚੰਗਾ ਭਾਈ ਰੋਟੀ ਪਾਣੀ ਬਣਾ ਉੱਠ ਕੇ ਤੂੰ ਤਾਂ ਬੇਬੇ ਮੈਨੂੰ ਮਾਫ਼ ਕਰਤਾ ਪਰ ਮੈਂ ਨਹੀਂ ਤੈਨੂੰ ਮਾਫ਼ ਕਰਨਾ ਹੁਣ ਦੇਖੀ ਤੇਰੇ ਨਾਲ ਬਣਦਾ ਕੀ ਆ ਕੋਠੇ ਤੇ ਦੇਖ ਕੇ ਮੈਂ ਕਬਾਰ ਸੱਟ ਗਿਆ ਮੇਰੇ ਸਾਲ ਦੇ ਕੁੱਤੇ ਨੂੰ ਕਰਕੇ ਰਾਜੀ ਉਹ ਇਹਨੂੰ ਕੀ ਹੋ ਗਿਆ ਉਹ ਕੀ ਹੋ ਗਿਆ ਹੁਣ ਤੈਨੂੰ ਹੁਣ ਫੇਰ ਲੜ ਪਏ ਉਹ ਬੋਲ ਵੀ ਪੈ ਗਿਆ ਉਸ ਕੀ ਹੋ ਗਿਆ ਉਹ ਜਿਹੜੀ ਮੇਰੀ ਮੰਮੀ ਹੋਰਾਂ ਨੇ ਮੈਨੂੰ ਸ਼ਾਪ ਨਹੀਂ ਬਣਵਾ ਕੇ ਦਿੱਤੀ ਸੀਗੀ ਹਾਂ ਕੀ ਹੋ ਗਿਆ ਉਹ ਨਹੀਂ ਲੱਭ ਰਹੀ ਹੈਗੀ ਮੈਨੂੰ ਉਹ ਉਰੀ ਹੋਊਗੀ ਦੇਖ ਲੈ ਤੂੰ ਤਾਂ ਰੱਖ ਕੇ ਭੁੱਲ ਜਾਨੀ ਆ ਮੈਂ ਸਾਰੇ ਕਿਤੇ ਲੱਭ ਲਈ ਕਿਤੇ ਨਹੀਂ ਮੈਨੂੰ ਮਿਲੀ ਹੈਗੀ ਤੁਸੀਂ ਆਓ ਆਪਾਂ ਮੰਮੀ ਦੇ ਕਮਰੇ ਚ ਦੇਖ ਦਿਆਂਗੇ ਉਦੋਂ ਟਿੱਕੇ ਬਹਿ ਜਾ ਮਸਾਂ ਤਾਂ ਉਹ ਮਾਮਲਾ ਠੰਡਾ ਕਰਿਆ ਮੈਨੇ ਉਹ ਤੂੰ ਫੇਰ ਤੂੰ ਅੱਗ ਨੂੰ ਪਹਿਲਾਂ ਵੀ ਤਾਂ ਪੈਸੇ ਉੱਥੇ ਲੱਭੇ ਸੀਗੇ ਮੈਨੂੰ ਨਹੀਂ ਪਤਾ ਤੁਸੀਂ ਚੱਲੋ ਮੇਰੇ ਨਾਲ
ਉਰੀ ਹੋਊਗੀ ਤੈਨੇ ਇਹਦੇ ਕਮਰੇ ਚ ਹੀ ਲੱਭੂਗੀ। ਉਹ ਯਾਰ ਹੁਣ ਐ ਥੋੜਾ ਵੀ ਉਹਦੇ ਪੈਸੇ ਲੱਭ ਗਏ ਵੀ ਆਈ ਵਾਰੀ ਮੇਰੀ ਮਾਂ ਹੀ ਕਰੀ ਜਾਊਗੀ ਯਾਰ। ਮੜਾ ਜਾ ਕਰ ਨੂੰ ਹੱਥ ਮਾਰ ਲਾ ਯਾਰ। ਤੁਹਾਨੂੰ ਪਤਾ ਨਾ ਉਹਨਾਂ ਨੇ ਪਹਿਲਾਂ ਵੀ ਚੋਰੀ ਕੀਤੀ ਸੀਗੀ। ਲੱਭ ਗਈ ਯਾਰ। ਕਿਉਂ ਯਾਰ ਤੁਹਾਨੂੰ ਲਹੂ ਪੀ ਰੱਖਿਆ ਮੇਰਾ। ਤੈਨੂੰ ਬੜਾ ਪਤਾ ਕੀ ਪਖੰਡ ਜੇ ਕਰੀ ਜਾਂਦੀ ਆ ਯਾਰ। ਦੁੱਖ ਦੇ ਲਿਆ ਇੱਥੇ ਮਿਲੂਗਾ ਕੁਛ ਨਾ ਕੁਛ। ਹੈਲੋ ਕਿਉਂ ਘਰ ਸਿਰ ਤੇ ਚੱਕਰ ਕਰ ਦੇਨੇ ਠੰਡੇ ਦਿਮਾਗ ਨਾਲ ਸੋਚ। ਯਾਰ ਤੁਹਾਨੂੰ ਪਤਾ ਹੀ ਆ ਉਹਦਾ ਚੋਰਨੀ ਦਾ। ਉਹ ਚੋਰਨੀ ਮੜਾ ਜਵਾਨ ਸਵਾਲ ਕੇ ਗੱਲ ਕਰਿਆ ਕਰ। ਚੋਰਨੀ ਨਾਲੇ ਹੋਰ ਆ। ਇਹ ਕੀ ਆ? ਇਹ ਉਰੇ ਕਿਵੇਂ ਆ ਗਈ? ਪੁੱਛੋ ਆਦੀ ਮਾਂ ਨੂੰ ਵੀ ਕਿਵੇਂ ਆ ਗਈ। ਏ ਮਾਂ, ਉਹ ਮਾਂ ਕਿੱਥੇ ਜਾ ਰਹੀ ਹੈ? 24 ਘੰਟੇ ਲੱਗੇ ਰਹਿਣੇ ਮੇਰੇ ਤੇ, ਬੋਲੋ ਉਹਨੂੰ ਵੀ। ਬਸ ਦੇਖ ਲਈ ਆਪਦੀ ਮਾਂ ਦੀ ਕਰਤੂਤ, ਜਾ ਅੱਜ ਉਹ ਨਹੀਂ ਜਾ ਮੈਂ ਨਹੀਂ। ਉਹ ਯਾਰ ਮੈਂ ਕੀ ਕਰਾਂ ਹੁਣ, ਮੈਂ ਕੀ ਵਿੱਚ ਬੜਿਆ ਹੋਇਆ ਮੇਰੀ ਮਾਂ ਦੇ ਯਾਰ। ਮੈਨੂੰ ਨਹੀਂ ਪਤਾ, ਬੁਲਾਓ ਉਹਨੂੰ ਪੁੱਛੋ ਹੁਣ ਉਹ ਕਿੱਥੇ ਜਾ ਰਹੀ ਹੈ। ਮੈਨੂੰ ਨਹੀਂ ਪਤਾ, ਇੱਥੇ ਫਿਰਦੀ ਹੋਊ। ਏ ਮਾਂ, ਉਰੇ ਆ। ਹਾਂ ਪੁੱਤ, ਕੀ ਗੱਲ ਹੈ? ਆ ਕੀ ਸਿਆਪਾ ਮਾਰ ਕੇ ਆ? ਗਵਾਂਢੀਆਂ ਨੇ ਜਾਈ ਰਹਿਣੀ ਹੈ ਤੂੰ? ਆ ਛਾਂਪ ਮਿਲੀ ਹੈ ਤੇਰੇ ਉਹਦੇ। ਮੈਂ ਕੀ ਕਰਾਂ ਪੁੱਤ, ਉਦਾਂ ਤਾਂ ਮੈਨੂੰ ਪੈਸੇ ਦਾ ਇਲਜ਼ਾਮ ਲਾਤਾ। ਇਹਨੇ ਤੜਕੀ ਦਾ ਕਸਮਾਨ ਪਾਰ ਕੇ ਆ। ਅੱਜ ਛਾਂਪ ਦਾ ਇਲਜ਼ਾਮ ਲਾਤਾ ਮੈਨੂੰ ਰੱਬ ਨੇ, ਕਿਉਂ ਚੱਕੇ ਉਹਦੇ ਨਾਲ ਹੀ ਚੱਕ ਲੈਂਦਾ ਰੱਬ। ਮੈਨੂੰ ਨਹੀਂ ਪਤਾ, ਉਦਨ ਵੀ ਤੁਸੀਂ ਠੰਡੇ ਜੇ ਪੈ ਗਏ, ਇਹਨੂੰ ਘਰੋਂ ਕੱਢੋ ਅੱਜ। ਯਾਰ ਐਂ ਕਿਵੇਂ ਘਰੋਂ ਕੱਢ ਦੂੰ ਮੇਰੀ ਮਾਂ ਨੂੰ ਮੈਂ ਯਾਰ। ਅੱਛਾ, ਫਿਰ ਮੈਂ ਭਗ ਜਾਂਦੀ ਹਾਂਗੀ। ਸੁਣੋ, ਆਦੀ ਮਾਂ ਕਹਿ ਰਹੀ ਹੈ ਕਿ ਮੈਂ ਉਹ ਮੈਂ ਕੀ ਕਰਾਂ ਯਾਰ ਤੁਹਾਡਾ। ਚੱਲ ਚੱਲ ਬੁੜੀਏ, ਤੂੰ ਘਰੇ ਚੱਲ। ਏ ਤੂੰ ਖੜ, ਮੈਂ ਕਿੱਥੇ ਜਾਊਂਗੀ? ਖੜ ਯਾਰ, ਮੈਂ ਫੈਸਲਾ ਕਰ। ਮੈਂ ਕਿੱਥੇ ਜਾਵਾਂ ਦੱਸਤਾ ਦੇ, ਮੈਨੂੰ ਘਰੋਂ ਕਿਉਂ ਕੱਢਣ ਲੱਗੇ ਹੋ? ਯਾਰ ਮੈਨੂੰ ਨਹੀਂ ਪਤਾ ਹੈਗਾ, ਜੇ ਇਹ ਇਸ ਘਰ ਚ ਰਹੂਗੀ ਜਾਂ ਮੈਂ ਰਹੂੰਗੀ, ਫੈਸਲਾ ਤੁਹਾਡੇ ਹੱਥ ਚ। ਤੁਸੀਂ 2 ਮਿੰਟ ਚੁੱਪ ਕਰੋ, ਮੈਨੂੰ ਵੀ ਸੋਚ ਲੈਣ ਦੇ ਕੁਛ। ਏ ਮਾਂ, ਤੂੰ ਰੋ ਨਾ, ਤੂੰ ਐਂ ਕਰ ਮਾਂ, ਕਰੋਂ ਤਾਂ ਦੇਖ ਮੈਂ ਵੀ ਤੈਨੂੰ ਕੱਢਦਾ, ਸੋਹਣਾ ਲੱਗਦਾ। ਇਹ ਤੂੰ ਚੁੱਪ ਨਹੀਂ ਕਰਦੀ? ਤੂੰ ਐਂ ਕਰ, ਬਾਹਰਲੇ ਘਰ ਰਹਿ ਜਾ ਕਰ, ਤੈਨੂੰ ਉੱਥੇ ਰੋਟੀ ਟੁੱਕ ਦੇ ਦਿਆ ਕਰਾਂਗੇ ਅਸੀਂ। ਚੱਲ ਪੁੱਤ, ਜਿੱਥੇ ਮੈਂ ਤਾਂ 2 ਰੋਟੀਆਂ ਖਾਣੀਆਂ ਨੇ, ਕਿੱਥੇ ਮਰਜ਼ੀ ਬਿਠਾ ਕੇ ਖਵਾ ਦੋ ਮੈਨੂੰ, ਮੈਂ ਤਾਂ ਜਾਣੀ ਆ। ਚੱਲ ਚੰਗਾ ਮਾਂ, ਲੈ ਜਾ ਉਰੋ ਫਿਰ ਸਮਾਨ। ਹੁਣ ਤਾਂ ਖੁਸ਼ ਹਾਂ ਤੂੰ, ਹੁਣ ਤਾਂ ਭੇਜਤੀ ਮੇਰੀ ਮਾਂ। ਉਹ ਮੇਰੀ ਗੱਲ ਸੁਣ, ਹੁਣ ਤੂੰ ਉਹਨੂੰ ਰੋਟੀ ਟੁੱਕ ਦੇ ਦਿਆ ਕਰ। ਹੁਣ ਤਾਂ ਉਹ ਘਰੋਂ ਤਾਂ ਤੈਨੂੰ ਬਾਹਰ ਕਢਾਤੀ। ਕੋਈ ਨਾ, ਦੇ ਦਿਆ ਕਰੂੰਗੀ ਰੋਟੀ ਟੁੱਕ ਉਹਨੂੰ, ਕਿਧਰੇ ਨਹੀਂ ਉਹ ਮਰਨ ਲੱਗੀ। ਉਹ ਤੂੰ ਠੀਕ ਬੋਲੇ ਤੂੰ। ਚੱਲ ਠੀਕ ਹੈ, ਤੁਸੀਂ ਆਪਦਾ ਕੰਮ ਕਰ ਲਓ। ਇਹਨਾਂ ਨੇ ਅੱਡੇ ਯਾਰ ਲਹੂ ਪੀਰ ਕੇ, ਹੁਣ ਮੈਂ ਵਿਚਾਲੇ ਫਸ ਜਾਣਾ ਇਹਨਾਂ ਦੇ, ਕੀ ਕਰਾਂ ਮੈਂ। ਲੈ ਘਰੋਂ ਕਢਵਾਤਾ ਮੈਨੂੰ, ਆਹ ਬਾਗਲ ਚ ਮੰਜਾ ਡਹਾਤਾ ਮੇਰਾ, ਇਸੇ ਵਾਸਤੇ ਮੈਂ ਘਰ ਜੋੜਿਆ ਤੀ। ਹੈਂ, ਆ ਕਲਮੂਹੀ ਨੇ ਤਾਂ ਆ ਕੇ ਜਮੀ ਫੱਟੀ ਪੋਚਤੀ ਮੇਰੀ, ਮੈਂ ਤਾਂ ਘਰੋਂ ਹੀ ਕਢਾਤੀ। ਮੈਂ ਕੀ ਕਰਾਂ, ਮੈਂ ਦੱਸ, ਬਹੁਤ ਔਖਾ ਹੋ ਗਿਆ ਮੈਨੂੰ ਤਾਂ। ਹੈਂ, ਨਾ ਉੱਧਰ ਜੋਗਰੀ ਨਾ ਉੱਧਰ ਜੋਗਰੀ, ਓਏ ਰੱਬਾ ਕੀ ਬਣੂਗਾ ਮੇਰਾ। ਬੂ ਮੈਂ ਮਰ ਜਾ, ਕੀ ਕਰਾਂ ਮੈਂ। ਆਹ ਦੇਖ ਲੈ, ਅੰਦਰ ਨੰਗ ਗਿਆ ਲੈ। ਇਹ ਕੌਣ ਹੈਗਾ? ਇਹ ਤਾਂ ਖੁੱਲ ਜਮੀ ਸਰੇਆਮ ਚੱਲਣ ਲੱਗ ਗਈ ਭਾਈ, ਮੈਂ ਕਰਾਂ ਕੀ? ਓਏ ਰੱਬਾ, ਮੈਨੂੰ ਤਾਂ ਕੁਛ ਕਰਨਾ ਪੈਂਦਾ, ਸਾਡਾ ਮੇਰਾ ਮੁੰਡਾ ਕਪੂਤ ਬਣ ਗਿਆ, ਇਹ ਨਹੀਂ ਸੁਣਦਾ ਕੁਛ ਵੀ ਗੱਲ। ਹੈਂ, ਮੈਂ ਕਰਾਂ ਕੀ? ਲੈ ਮੈਂ ਦੇਖਦੀ ਹਾਂ ਕਿਸੇ ਨੂੰ। ਆ ਗਏ ਤੁਸੀਂ? ਹਾਂ, ਮੈਂ ਤਾਂ ਆ ਗਿਆ। ਕੀ ਬਣਿਆ? ਤੀਰ ਜਮੀ ਟਿਕਾਣੇ ਤੇ ਲੱਗਿਆਗਾ। ਸੱਚੀ? ਹਾਂ, ਚਲੋ ਅੱਜ ਮੈਂ ਤੁਹਾਨੂੰ ਦੱਸਦੀ ਹਾਂ। ਚਲ ਆ ਜਾ ਫਿਰ। ਲੈ ਮੈਂ ਕਿਹਨੂੰ ਕਹਾਂ? ਇੱਕ ਤਾਂ ਮੇਰੇ ਵਾਲਾ ਪੁੱਤ ਨਹੀਂ ਸੁਣਦਾ, ਮੈਂ ਕਰਾਂਗੇ। ਆ ਜੱਸੀ ਖੜਾ, ਲੈ ਮੈਂ ਇਹਨੂੰ ਕਹਿੰਦੀ ਹਾਂ। ਤੇਰੀ ਮਾਂ ਮਰ ਗਈ ਬੇਬੇ, ਇਹ ਗੱਲਾਂ ਕਰੀ ਜਾਂਦੀ ਤੂੰ? ਜਿਉਂਦੀ ਜਾਗਦੀ ਖੜੀ ਆ, ਇਹ ਗੱਲਾਂ ਕਾਹ ਤੋਂ ਕਰਦੀ? ਨਾ ਤੈਨੂੰ ਮੈਂ ਕਹਿਤਾ, ਬਸ ਤੂੰ ਇੰਨਾ ਫੋਨ ਕਰਕੇ ਤੂੰ ਇੰਨੀ ਗੱਲ ਕਹਿ ਦੇ ਬਸ। ਕੋਈ ਬੇਬੇ ਗੱਲ ਕਿਸੇ ਹੋਰ ਪਾਸੇ ਨਾ ਵਗ ਜੇ। ਨਹੀਂ ਨਹੀਂ, ਤੂੰ ਕਹਿ ਦੇ। ਚੱਲ ਮੈਂ ਤਾਂ ਕਹਿ ਦੇ ਪੁੱਤ, ਕਹਿ ਦੇ ਨਾ ਖੜੀ। ਹੈਲੋ। ਹਾਂ ਬਾਈ, ਮੈਂ ਘਰੋਂ ਬੋਲਦਾ, ਤੇਰੀ ਮੰਮੀ ਡੈਥ ਹੋ ਗਈ, ਭੱਜ ਕੇ ਆ ਜਾ ਘਰੇ ਛੇਤੀ। ਹਾਂ ਬਾਈ, ਆ ਜਾ। ਉਹ ਲੈ, ਤੂੰ ਤਾਂ ਬਾਹਲੀ ਤਗੜੀ ਰਹੀ ਹੈ, ਚਕਾ ਤਾਂ ਫਿਰ ਬੁੜੀ ਦਾ ਮੰਜਾ ਘਰੋਂ। ਚਕਾਇਆ ਵੀ ਆ ਸੁੜੀ ਰਿੰਗ ਨਹੀਂ। ਹਾਂ, ਬਾਹਲੀ ਘੈਂਟ ਆ ਯਾਰ ਤੂੰ। ਹੋਰ ਸੁਣਾ,
ਹੁਣ ਸੁਣਾਉਣਾ ਕੀ ਆ, ਹੁਣ ਤਾਂ ਰੋਜ਼ ਹੀ ਸੁਣਾਉਣ ਦੀ ਰਹਿ ਕਰਾਂਗੇ। ਤੇਰੇ ਵਾਲਾ ਘੁੱਗੂ ਬਾਹਰ ਆ, ਬੁੜੀ ਬਾਹਰ ਆ, ਅਤੇ ਆਪਾਂ ਅੰਦਰ। ਓਏ ਆਹ ਕੌਣ ਹੈ? ਉਹ ਤੂੰ ਕੌਣ ਹੋ ਰਿਹਾ? ਨਾ ਕੌਣ ਤੀ, ਨਾ ਕੌਣ ਤੀ ਇਹ? ਯਾਰ ਉਹ ਤਾਂ ਪ੍ਰੈਸ ਲੈਣ ਆਇਆ ਸੀਗਾ ਆਪਣੇ ਗਵਾਂਢੀ ਦਾ ਮੁੰਡਾ। ਮੈਨੂੰ ਪਤਾ ਕਿਹੜੀ ਪ੍ਰੈਸ ਲੈਣ ਆਇਆ ਸੀ, ਆਹ ਮੇਰੀ ਮਾਂ ਨੇ ਸਾਰਾ ਕੁਝ ਦੱਸਤਾ ਮੈਨੂੰ। ਕੀ ਦੱਸੋ, ਤਾਂ ਝੂਠ ਬੋਲਦੇ ਆ, ਤੁਹਾਨੂੰ ਪਤਾ ਤਾਂ ਹੈਗਾ ਉਹ ਚੋਰ ਨਹੀਂ ਹੈਗੀ। ਅੱਖੀਂ ਦੇਖ ਲਿਆ? ਯਾਰ ਨਹੀਂ, ਤੁਸੀਂ ਗਲਤ ਸਮਝ ਰਹੇ ਹੋਗੇ ਇਹੋ ਜਿਹੀ ਕੋਈ ਗੱਲ ਨਹੀਂ ਹੈਗੀ। ਇਹੀ ਗੱਲ ਤਾਂ ਮੈਂ ਤੈਨੂੰ ਫੇਰ ਦੱਸੂਗਾ। ਯਾਰ ਤੁਸੀਂ ਯਕੀਨ ਕਿਉਂ ਨਹੀਂ ਮੰਨਦੇ? ਨਾ ਤੈਨੇ ਮੇਰੀ ਮਾਂ ਨੂੰ ਬਾਹਰੋਂ ਕੱਢਿਆ ਸੀ, ਹੁਣ ਤੂੰ ਦੇਖੀ ਤੇਰਾ ਕੀ ਬਣਦਾ। ਜਾ ਭੱਜ ਮੇਰੇ ਘਰੋਂ। ਮੈਨੂੰ ਮਾਫ ਕਰ ਦੋ, ਮੈਨੂੰ ਨਹੀਂ ਪਤਾ ਇਹ ਕੌਣ ਸੀਗਾ, ਮੈਨੂੰ ਨਹੀਂ ਪਤਾ ਯਾਰ ਉਹ ਕੌਣ। ਮੈਂ ਤਾਂ ਯਾਰ ਨਿਕਲ ਗਿਆ ਮੇਰੇ ਘਰੋਂ, ਪਤਾ ਮੈਨੇ ਆਪ ਦੇਖ ਲਿਆ। ਮਗ ਜਾ ਰਹਾ, ਜਾ ਭੱਜ, ਮੁੜ ਕੇ ਘਰੇ ਨਾ ਵੜ ਜੀ। ਕਰ ਦੋ ਜੀ ਕੰਮ, ਤੂੰ ਜਾਨੀ ਆ ਕਨਾ। ਜਾ ਭੱਜ, ਮੈਨੂੰ ਗਲਤੀ ਹੋ ਗਈ। ਤੈਨੇ ਮੇਰਾ ਪਿਆਰ ਦੇਖਿਆ, ਗੁੱਸਾ ਨਹੀਂ ਦੇਖਿਆ। ਜਾ ਭੱਜ ਜਾ।